ਉਗਰਣ ਚੈਨਲ ਪੰਜਾਬੀ ਦੇ ਖਾਸ ਪ੍ਰੋਗਰਾਮ ਸਿੱਧੇ ਸਵਾਲ ਦੇ ਵਿੱਚ ਸਵਾਗਤ ਅੱਜ ਮੇਰੇ ਨਾਲ ਹੋਣਗੇ ਸਿਆਸੀ ਮਾਹਿਰ ਡਾਕਟਰ ਪਿਆਰੇ لال ਗਰਗ ਸਰ ਤੁਹਾਡਾ ਸਵਾਗਤ ਸ਼ੁਕਰੀਆ ਜੀ ਬਹੁਤ ਬੜਾ ਦਰਸ਼ਕੋ ਜੇ ਆਪ ਵੀ ਜੇਕਰ ਸਿਆਸੀ ਸਥਿਤੀ ਨੂੰ ਸਮਝਿਆ ਜਾਵੇ ਤਾਂ ਇਹ ਲੱਗਦਾ ਕਿ ਧਰਮਾਂ ਜਾਤਾਂ ਪਾਤਾਂ ਦੇ ਵਿੱਚ ਨਾ ਪਾਕਿਸਤਾਨ ਗੁਰਦਿਆਂ ਹੱਸ ਜੋ ਪੰਜਾਬ ਗੁਰਾਂ ਦੇ ਨਾਮ ਤੇ ਵੱਸਦਾ ਸੀ ਉਸ ਪੰਜਾਬ ਦੇ ਵਿੱਚ ਵੀ ਹੁਣ ਜੋ ਸਿਆਸੀ ਤੌਰ ਤੇ ਦੇਖਿਆ ਜਾਵੇ ਸਿਆਸਤ ਦੇ ਤੌਰ ਤੇ ਦੇਖਿਆ ਜਾਵੇ ਤਾਂ ਦਲਿਤ ਸ਼ਬਦ ਤੁਸੀਂ ਬੜੇ ਪ੍ਰਚਲਿਤ ਹੋਇਆ ਪਿਛਲੇ ਕਈ ਦਿਨਾਂ ਦੇ ਵਿੱਚ ਹਾਲਾਂਕਿ ਸਾਰੀ ਅਲੱਗ-ਅਲੱਗ ਸਿਆਸੀ ਪਾਰਟੀਆਂ ਕਹਿੰਦੀਆਂ ਨੇ ਕਿ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਦਲਿਤ ਭਾਈਚਾਰੇ ਚੋਂ ਮੁੱਖ ਮੰਤਰੀ ਲਾਵਾਂਗੇ ਜੇਕਰ ਸਾਡੀ ਸਰਕਾਰ ਆਉਂਦੀ ਹੈ ਭਾਜਪਾ ਕਹਿੰਦੀ ਅਸੀਂ ਮੁੱਖ ਮੰਤਰੀ ਲਾਵਾਂਗੇ ਫਿਰ ਕਾਂਗਰਸ ਇੱਕ ਕਦਮ ਅੱਗੇ ਵਧ ਕੇ ਕਾਂਗਰਸ ਨੇ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਪੰਜਾਬ ਦਾ ਬਣਾਤਾ ਤੁਝੇ ਪਾਸੇ ਜੇਕਰ ਦੇਸ਼ ਵਿਆਪੀ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਵਿੱਚ ਧਰਮਾਂ ਨੂੰ ਵੰਡੀਆਂ ਪਾ ਕੇ ਜਾਤਾਂ ਪੱਤਾਂ ਦੇ ਵਿੱਚ ਵੰਡੀਆਂ ਪਾ ਕੇ ਹੀ ਸਿਆਸਤ तकरीबन ਖੜੀ ਹੁੰਦੀ ਹੈ ਚੋਣਾਂ ਹੁਣਾਂ ਲੜੀਆਂ ਜਾਂਦੀਆਂ ਨੇ ਤੇ ਐਸੇ ਨੂੰ ਲੈ ਕੇ ਗੱਲ ਕਰਾਂਗੇ ਮਹਿਬੂਬਾ ਮੁਕਤੀ ਦੇ ਬਿਆਨ ਦੇ ਉੱਤੇ ਉਹ ਕਹਿੰਦੀ ਕਿ ਵਿਅੰਗ ਕੱਸਿਆ ਉਹਨਾਂ ਨੇ ਬੀਜੇਪੀ ਸਰਕਾਰ ਦੇ ਉੱਤੇ ਕਿ ਸਰਦਾਰ ਦਾ ਖਾਲਿਸਤਾਨੀ ਨੇ ਤੇ ਦੂਜੇ ਅਸੀਂ ਪਾਕਿਸਤਾਨੀਆਂ ਜੋ ਗੱਲ ਨਹੀਂ ਮੰਨਦਾ ਬੀਜੇਪੀ ਦੀ ਉਹ ਦੇਸ਼ ਧਰਾਈ ਹੋ ਗਿਆ ਤੇ ਇਸੇ ਮਸਲੇ ਨੂੰ ਬੜੇ ਢੂੰਗਾਂ ਇੰਜੇ ਨਾਲ ਸਮਝਾਂਗੇ ਡਾਕਟਰ ਸਾਹਿਬ ਤੋਂ ਡਾਕਟਰ ਸਾਹਿਬ ਤੁਸੀਂ ਕਿਵੇਂ ਇਸਨੂੰ ਪੂਰੇ ਮਸਲੇ ਨੂੰ ਬਾਚਦੇ ਦੇਖੋ ਗੱਲ ਇਹ ਹੈ ਵੀ ਇਹ ਜੇ ਤੁਸੀਂ ਪਹਿਲਾਂ ਕਿਹਾ ਹੈ ਕਿ ਸਾਡਾ ਜਿਹੜਾ ਦੇਸ਼ ਹੈ ਇਹ ਜਿਹੜਾ ਧਰਮ ਮੰਡਲ ਰੱਖਦੇ ਸੀ ਸਾਰਿਆਂ ਵਾਸਤੇ ਬਰਾਬਰ ਸੀ ਜਿਹੜਾ ਸਾਡਾ ਪੰਜਾਬ ਦਾ ਸੰਵਤ ਸਭਾ ਵੀ ਇਹੀ ਹੈ ਵੀ ਜਾਤ ਦਾ ਗਰਬ ਨਾ ਕਰੀਏ ਕੋਈ ਬ੍ਰਹਮ ਵਿੰਦੇਸ ਹੋ ਬ੍ਰਾਹਮਣ ਹੋਈ ਜਾਤ ਦਾ ਗਰਬ ਕਰਨ ਦਾ ਕੋਈ ਮਤਲਬ ਨਹੀਂ ਹੈ ਪਰ ਸਾਡੇ ਫਿਰ ਵੀ ਧਰਮਾਂ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਕਿੱਤਿਆਂ ਦੇ ਨਾਂ ਤੇ ਬੋਲੀਆਂ ਦੇ ਨਾਂ ਤੇ ਇੱਥੋਂ ਤੱਕ ਪਹਿਰਾਵੇ ਦੇ ਨਾਂ ਤੇ ਵੀ ਪ੍ਰਧਾਨ ਮੰਤਰੀ ਜੀ ਨੇ ਕਹਿੰਦਾ ਸੀ ਪਹਿਰਾਵੇ से ਪਛਾਣੇ ਜਾਂਦੇ ਹਨ ਸੋ ਇਹ ਦੇ ਨਾਲ ਲੋਕਾਂ ਨੂੰ ਵੰਡ ਕੇ ਇੱਕ ਦੂਜੇ ਦੇ ਉਲਟ ਕਰਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰਾਜ ਕਰਿਆ ਜਾਵੇ ਉਹ ਉਹੀ ਨੀਤੀ ਹੈ ਜਿਹੜੀ ਅੰਗਰੇਜ਼ ਚਲਾਉਂਦਾ ਸੀ ਡਿਵਾਈਡ ਐਂਡ ਰੂਲ ਪਾੜੋ ਤੇ ਰਾਜ ਕਰੋ ਸੋ ਪਾੜਿਆ ਜਾਂਦਾ ਵੱਖ-ਵੱਖ ਰੂਪਾਂ ਦੇ ਵਿੱਚ ਤੇ ਉਸ ਦੇ ਵਿੱਚ ਜੇ ਅਸੀਂ ਦੇਖੀਏ ਉਹ ਪਾੜਨ ਦੀ ਗੱਲ ਚ ਹੁਣ ਜਿੱਥੇ-ਜਿੱਥੇ ਜਿਹੜੀ ਚੀਜ਼ੀ ਲੋੜ ਹੋਵੇ ਪੰਜਾਬ ਦੇ ਵਿੱਚ ਜਤਾ ਹਿੰਦੂ ਸਿੱਖ ਪੱਤਾ ਖੇਡਿਆ ਜਾ ਸਕਦਾ ਸੀ ਕੋਸ਼ਿਸ਼ ਕੀਤੀ ਜਾਂਦੀ ਸੀ ਜਾਂ ਫਿਰ ਦਲਤ ਨੌਂ ਦਲਤ ਦਾ ਪੱਤਾ ਖੇਡਿਆ ਜਾ ਸਕਦਾ ਸੀ ਉਹ ਤੀਜਾ ਪੱਤਰ ਤੇ ਚ ਮੁਸਲਮਾਨ ਵਾਲਾ ਤਾਂ ਹੋ ਨਹੀਂ ਸਕਦਾ ਯੂਪੀ ਦੇ ਵਿੱਚ ਕੋਈ ਖਾਲਸਾ ਨਾਲਾ ਪੱਤਾ ਤਾਂ ਹੋ ਨਹੀਂ ਸਕਦਾ ਉੱਥੇ ਫਿਰ ਮੁਸਲਮਾਨ ਨਾਲਾ ਪੱਤਾ ਜ਼ਿਆਦਾ ਖੇਡਿਆ ਜਾਊਗਾ ਸੋ ਕਿਤੇ ਹੋਰ ਦਲਤਾਂ ਦਾ ਜਿੱਥੇ ਜ਼ਿਆਦਾ ਜੋਰ ਹੈ ਉੱਥੇ ਦਲਤਾਂ ਦਾ ਪੱਤਾ ਹੋਏਗਾ ਸੋ ਇਹ ਪੱਤੇ ਖੇਡ ਕੇ ਇਹ ਤੋ ਤਰੀਕਾ ਕਰਕੇ ਲੋਕਾਂ ਨੂੰ ਵੰਡ ਕੇ ਇੱਕ ਸੱਚਾ ਸੁੱਚਾ ਦੇਸ਼ ਦੇ ਵਿਕਾਸ ਦਾ ਆਮ ਲੋਕਾਂ ਦੇ ਵਿਕਾਸ ਦਾ ਲੋਕਾਂ ਨੂੰ ਇਨਸਾਫ਼ ਦੇਣ ਵਾਲਾ ਪਾਰਦਰਸ਼ੀ ਜ਼ਿੰਮੇਵਾਰ ਤੇ ਜਵਾਬਦੇਹੀ ਵਾਲਾ ਜਿਹੜਾ ਰਾਜ ਸਿਰਜਣਾ ਸੀ ਉਹ ਰਾਜ ਸਿਰਜਣ ਵੱਲੋਂ ਵੱਧ ਨਹੀਂ ਰਿਹਾ ਉਹਦੇ ਵਿੱਚ ਹਰ ਗੱਲ ਦੇ ਉੱਤੇ ਜੇ ਅਸੀਂ ਦੇਖੀਏ ਕਿ ਜਿਹੜਾ ਬਾਬਾ ਨਾਨਕ ਨੇ ਕਿਹਾ ਹੈ ਰਾਜ ਇਸੀ ਮੁਕਦਮੇ ਉੱਤੇ ਜਾਏ ਜਗਾਂ ਦੇ ਬੈਠੇ ਸੁੱਤੇ ਉਹ ਮੈਨੂੰ ਲੱਗਦਾ ਕਿਤਨਾ ਕਿਤੇ ਨਾ ਸੱਚ ਦੇ ਰੂਪ ਚ ਸਾਹਮਣੇ ਅਗਨ ਵੀ ਉਦੋਂ ਵੀ ਸੀ ਹੁਣ ਫੇਰ ਉਹ ਦੁਬਾਰਾ ਸਾਡਾ ਕਿ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ ਤੁਸੀਂ 100 ਗੱਲਾਂ ਬੇਨਤੀਆਂ ਕਰ ਲੋ ਹਾੜੇ ਕੱਢ ਲੋ ਚਿੱਠੀਆਂ ਲਿਖ ਲੋ ਅਦਾਲਤਾਂ ਚਲੇ ਜਾਓ ਸਾਡੀ ਸੁਣਵਾਈ ਨਹੀਂ ਹੁੰਦੀ ਇਹ ਇਨਸਾਫ ਨਹੀਂ ਮਿਲਦਾ ਸੋ ਜਦ ਇਨਸਾਫ ਵਾਸਤੇ ਥਾਂ ਥਾਂ ਲੋਕ ਠੱਕੇ ਖਾਂਦੇ ਨੇ ਤੇ ਫਿਰ ਉਹ ਜੇ ਰਾਜ ਦਾ ਅੰਧਾ ਆਗੂ ਜੇ ਚੀਜ਼ ਕਿਉਂ ਬਾਦਰ ਜਾਣ ਕਿਉਂਕਿ ਜਿਹੜੇ ਆਗੂ ਰਾਜ ਕਰ ਰਹੇ ਨੇ ਉਹ ਖੁਦ ਹੀ ਬਰਾਬਰਤਾ ਦਾ ਸੰਦੇਸ਼ ਨਹੀਂ ਦੇਉਂ ਖੁਦ ਹੀ ਸੰਵਿਧਾਨ ਦੇ ਵਿੱਚ ਉਸ ਤਰੀਕੇ ਨਾਲ ਜੋ ਸੰਵਿਧਾਨ ਦੇ ਮੂਲ ਨਿਯਮ ਸੀ ਜੋ ਸਾਡੀ ਆਜ਼ਾਦੀ ਦੀ ਡਾਇਰ ਸੀ ਉਹਦੇ ਵਿੱਚ ਨਹੀਂ ਚੱਲਦੇ ਇਸ ਕਰਕੇ ਸਾਡਾ ਦੇਸ਼ ਹੈ ਜਿਹੜਾ ਵੰਡੀਆਂ ਪਾਇਆ ਜਾਂਦਾ ਜਿਵੇਂ ਤੁਸੀਂ ਕਿਹਾ ਪੰਜਾਬ ਚ ਇੱਕ ਪੱਤਾ ਖੇਡਿਆ ਕਿ ਜੀ ਬੀਜੇਪੀ ਨੇ ਕਿਹਾ ਕਿਉਂਕਿ ਬੀਜੇਪੀ ਦੋ ਗੱਲਾਂ ਕਰਨਾ ਚਾਹੁੰਦੀ ਸੀ ਜਾਂ ਤਾਂ ਹਿੰਦੂਆਂ ਦੀਆਂ ਵੋਟਾਂ ਲੈਣੀਆਂ ਸੀ ਹਿੰਦੂਆਂ ਦੀਆਂ ਵੋਟਾਂ ਕਿਸਾਨੀ ਅੰਦੋਲਨ ਕਰਕੇ ਖਾਸ ਕਰਕੇ ਸ਼ਹਿਰੀ ਵਰਗ ਦੀਆਂ ਟੁੱਟ ਗਈਆਂ ਔਰ ਜਦ ਨੈਸ਼ਨਲ ਕਮੇਟੀਆਂ ਨੇ ਚੋਣਾਂ ਹੋਈਆਂ ਉਹ ਸਿਰਫ 49 ਸੀਟਾਂ ਆਈਆਂ ਇਹਨਾਂ ਨੂੰ ਉਹਨਾਂ ਨੂੰ ਤਾਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਛੇਰੀ ਵਰਗੀਆਂ ਮੁੱਤਲੀ ਸਾਡੇ ਕੋਲੋਂ ਤਾਂ ਗਈਆਂ 49 ਸੀਟਾਂਆਂ ਨੇ ਜਿਹਨੀਆਂ ਇਹ ਮਿਸ ਕਮੇਟੀ ਨਹੀਂ ਚੋਣਾ ਚਾਹੀ। ਫਿਰ ਉਹਨਾਂ ਨੇ ਸੋਚਿਆ ਵੀ ਇੱਕ ਦੂਜਾ ਪੱਤਾ ਦਲਿਤ ਦਾ ਪੱਤਾ ਤੇ ਉਹ ਦਲਿਤ ਦਾ ਪੱਤਾ ਖੇਡਣ ਵਾਸਤੇ ਇਹਨਾਂ ਨੇ ਤੇ ਮਿਨੋਰਟੀ ਦਾ ਪੱਤਾ ਖੇਡਣ ਵਾਸਤੇ ਪਹਿਲਾਂ ਤਾਂ ਜਿਹੜੇ ਮਿਨੋਰਟੀ ਕਮਿਸ਼ਨ ਦੇ ਔਰ ਐਸਸੀ ਕਮਿਸ਼ਨ ਦੇ ਚੇਅਰਮੈਨ ਪੰਜਾਬ ਚ ਉਤਾਰੇ ਜਿਵੇਂ ਵੀ ਸਿਰਫ ਪੰਜਾਬ 'ਚ ਮਿਨੋਰਟੀ ਤੇ ਜਿਹੜਾ ਹੈਗਾ ਦਲਿਤ ਹੈਗੇ ਨੇ ਬਾਕੀ ਜਗ੍ਹਾ ਤੇ ਤਾਂ ਹੈ ਹੀ ਨਹੀਂ ਇਹ ਆਪਣੇ ਆਪ ਦੀ ਇੱਕ ਬਹੁਤ ਵੱਡਾ ਉਹਨਾਂ ਦੀ ਗੇਮ ਸੀਗੀ ਹਾਲਾਂਕਿ ਉਹਨਾਂ ਨੂੰ ਕਿਹੜੇ ਕੋਈ ਉਸ ਤਰ੍ਹਾਂ ਆਪਾਂ ਨੂੰ ਪਤਾ ਹੀ ਹੈ ਜੋ ਹੈਗਾ ਵੀ ਇੱਥੇ ਪੰਜਾਬ ਦੇ ਵਿੱਚ ਜਿੱਥੇ ਵੀ ਕੋਈ ਗੱਲ ਹੋਵੇ ਨੈਸ਼ਨਲ ਕਮਿਸ਼ਨ ਜਾ ਰਹੇ ਜਾਂ ਜਦ ਕਿ ਸਟੇਟ ਦਾ ਵੀ ਸ਼ਡਿਊਲ ਕਾਫ ਕਮਿਸ਼ਨ ਹੈਗਾ ਉਹ ਕਮਿਸ਼ਨ ਕੋਲ ਨ ਜਾਵੇ ਪਹਿਲਾਂ ਜੇ ਉਹਦੇ ਨਾਲ ਇਨਸਾਫ ਨਾ ਹੋਵੇ ਤਾਂ ਨੈਸ਼ਨਲ ਕਮਿਸ਼ਨ ਆਵੇ ਨੈਸ਼ਨਲ ਕਮਿਸ਼ਨ ਜਾ ਕੇ ਦਖਲਅੰਦਾਜ਼ੀ ਕਰਨ ਲੱਗਿਆ ਉਹ ਦਖਲਅੰਦਾਜ਼ੀ ਦਾ ਇਹ ਜਿਹਾ ਡੈਵਲ ਹੋ ਗਿਆ ਕਿ ਕਦੇ ਕੋਈ ਸਰਪੰਚ ਤੋਂ ਅਰਜ਼ਾਸ ਕਰਾਈ ਜਾ ਰਹੀ ਹੈ ਉਹ ਅਰਦਾਸ ਜਿਹੜੀ ਆ ਉਹ ਸਿੱਖੀ ਦੇ ਬੇਸਿਕਲੀ ਉਸੂਲਾਂ ਦੇ ਵੀ ਉਲਟਾ ਹੈ ਜਿਹੜੇ ਨਿਯਮ ਫੈਸਲੇ ਉਹ ਹੀ ਕਿਉਂਕਿ ਜਿਹੜਾ ਸਰ ਡੇਰਾ ਸਰਸਾ ਦਾ ਮਾਮਲਾ ਹੈ ਉਹਦੇ ਵਿੱਚ ਕੋਈ ਅਰਦਾਸ ਨੂੰ ਗੁਰਦੁਆਰਿਆਂ ਚ ਇਸ ਤਰ੍ਹਾਂ ਨਹੀਂ ਨਾ ਉਹਦੇ ਹੱਕ ਚ ਅਰਦਾਸ ਕਰੀ ਜਾਵੇ ਸੋ ਉਸ ਤਰੀਕੇ ਨਾਲ ਜਾਂ ਫੇਰ ਕਹੋ ਵੀ ਸਰਪੰਚਾਂ ਨੂੰ ਨਾਲ ਲਾਉਣਾ ਸਰੋਪੇ ਦੇ ਦੇ ਕੇ ਖਾਸ ਕਰਕੇ ਜਿਹੜੇ ਸਿੱਖੀ ਸਰੂਪ ਵਾਲੇ ਸਰਪੰਚ ਨੇ ਫਿਰ ਆਨੰਦਪੁਰ ਸਾਹਿਬ 'ਚ ਜੋ ਘਟਨਾ ਹੋਈ ਸੋ ਇਹ ਤਾਂ ਸਾਰਾ ਕੁਝ ਇਹ ਪਤਾ ਲੱਗਦਾ ਵੀ ਕਪਤਾ ਖੇਡਿਆ ਇਹ ਵੀ ਅਸੀਂ ਜੀ ਦੰਤ ਨੂੰ ਮੁੱਖ ਮੰਤਰੀ ਬਣਾਵਾਂਗੇ ਹਾਲਾਂਕਿ ਅੱਜ ਤਾਂ ਤੇਜਿੰਦਰ ਕੌਰ ਜੀ ਨੇ ਜਿਹੜੇ ਸ਼ੈਡਿਊਲ ਕਾਸਟ ਕਮਿਸ਼ਨ ਦੇ ਚੇਅਰਪਰਸਨ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਹੈ ਕਿ ਉਹ ਕੋਈ ਦੰਤ ਦੰਤ ਨਹੀਂ ਵਰਤਣਾ ਸ਼ੈਡਿਊਲ ਕਾਸਟ ਵਰਤਣਾ ਪਰ ਦੰਤ ਤਖੀ ਕਹਿੰਦੇ ਵੀ ਸੰਦੰਤ ਕਹੋ ਸ਼ੈਡਿਊਲ ਕਾਸਟ ਨਾ ਕਹੋ ਇਹ ਤਾਂ ਇੱਕ ਆਪਣੇ ਆਪ ਹੀ ਮੈਂ ਕਹਾਂਗਾ ਵਿਵਾਦ ਦਾ ਬਾਦ-ਬਵਾਦ ਦਾ ਵਿਸ਼ਾ ਸੋ ਜਿੱਥੋਂ ਤੱਕ ਸਵਾਲ ਹੈ ਦੰਤ ਦਾ ਫਿਰ ਅਕਾਲੀ ਦਲ ਨੇ ਕਿਹਾ ਤਾਂ ਅਸੀਂ ਉਪ ਮੁੱਖ ਮੰਤਰੀ ਬਣਾਵਾਂਗੇ ਆਪਾਂ ਲੈਣੇ ਕਹਤਾ ਆਪ ਮੁੱਖ ਮੰਤਰੀ ਬਣਾਵਾਂਗੇ ਹੁਣ ਜਿਹੜਾ ਕਾਂਗਰਸ ਦੇ ਵਿੱਚ ਇਹ ਟੈਗ ਜਿਹੜਾ ਇਹ ਦੂਜੀਆਂ ਪਾਰਟੀਆਂ ਦੇ ਰਹੀਆਂ ਨੇ ਮੇਰੇ ਹਿਸਾਬ ਨਾਲ ਇਹ ਕੋਈ ਐ ਨਹੀਂ ਵੀ ਇਹਨਾਂ ਨੇ ਚੁਆਇਸ ਨਾਲ ਦਲਤ ਨੂੰ ਮੁੱਖ ਮੰਤਰੀ ਬਣਾਇਆ ਕਾਂਗਰਸ ਨੇ ਚੁਣ ਕੇ ਵੀ ਆਪਾਂ ਦਲਤ ਨੂੰ ਮੁੱਖ ਮੰਤਰੀ ਬਣਾਉਣਾ ਹੈ ਮੁੱਖ ਮੰਤਰੀ ਬਣਾਉਣ ਵਾਸਤੇ ਪਹਿਲਾਂ ਜਾਕਟ ਸਾਹਿਬ ਦਾ ਨਾਮ ਸੀ ਔਰ অলਮੋਸਟ ਲੋਕਾਂ ਨੂੰ ਹੋ ਗਿਆ ਸੀ ਵੀ ਫਾਈਨਲੀ ਹੈ ਉਸ ਤੋਂ ਬਾਅਦ ਉਹ ਨਾਮ ਦੇ ਉੱਤੇ ਕੁਐਸਚਨ ਮਾਰਕ ਲੱਗ ਗਿਆ ਉਸ ਤੋਂ ਬਾਅਦ ਤਿੰਨ ਨਾਮ ਆਏ ਉਹਦੇ ਚ ਅੰਮ੍ਰਕਾ ਸੋਨੇ ਨੇ ਵਿਡਰਾ ਕਰ ਲਿਆ ਤੇ ਇਹਨਾਂ ਦਾਵਾ ਸਾਹਿਬ ਦੇ ਨਾਮ ਤੇ ਤਾਂ ਇਹੋ ਜਿਹਾ ਮੋਹਰ ਲੱਗੀ ਸੀ ਕਿ ਲੱਡੂ ਵੀ ਬੰਨਨੇ ਸ਼ੁਰੂ ਹੋ ਗਏ ਸੀ ਬੰਨਨੇ ਸੋ ਉਸ ਤੋਂ ਬਾਅਦ ਜਦ ਉਹ ਵੀ ਨਾ ਚੱਲਿਆ ਫਿਰ ਉਹ ਨਾਂ ਚੱਲਣ ਦੇ ਉੱਤੇ ਇੱਕ ਲੈਵਲ ਤੇ ਆ ਕੇ ਚੰਨੀ ਸਾਖ ਦਾ ਨਾਮ ਆਇਆ ਜਿਹੜਾ ਸਾਰਾ ਸੋ ਇਹਦੇ ਚ ਮੈਨੂੰ ਆਇ ਲੱਗਦਾ ਵੀ ਇਹ ਦੰਤ ਪੱਤਾ ਖੇਡ ਨਹੀਂ ਬਲਕਿ ਇਹਨਾਂ ਦੇ ਲੋਟ ਆ ਗਿਆ ਜਿਵੇਂ ਕਹਿੰਦੇ ਨੇ ਕੁੱਬੇ ਦੇ ਦੰਤ ਲੋਟ ਆਉਣ ਵਾਲੀ ਗੱਲ ਹੋ ਗਈ ਹੈ ਜਿਹੜਾ ਝਗੜਾ ਝੋੜਾ ਪਿਆ ਉਹਦੇ ਚ ਦੰਤ ਨੂੰ ਵਾਰੀ ਨਿਕਲਈ ਨਹੀਂ ਤਾਂ ਇਹ ਵਾਰੀ ਇੰਨੀ ਛੇਤੀ ਨਹੀਂ ਹੋਣੀ ਸੀ ਸੋ ਵਾਰੀ ਨਿਕਲੇ ਚੰਗੀ ਗੱਲ ਹੈ ਪਹਿਲੀ ਗੱਲ ਸਾਨੂੰ ਇਹ ਵੈਲਕਮ ਕਰਨਾ ਚਾਹੀਦਾ ਕੁਛ ਵੀ ਹੈ ਇੱਕ ਬਣੇ ਤਾਂ ਹੈਗੇ ਨੇ ਨਾ ਤੇ ਉਹ ਜੇ ਜਿਵੇਂ ਉਹ ਕਹਿੰਦੇ ਵੀ ਨੇ ਵੀ ਮੈਂ ਸਾਰਿਆਂ ਨੂੰ ਜਿਹੜਾ ਉਹ ਮੁੜ ਕੇ ਧਰਮ ਤੋਂ ਉੱਚੇ ਉੱਠ ਕੇ ਧਰਮ ਦੀ ਰਾਜਨੀਤੀ ਜਿਹੜੀ ਅੱਜ ਉਹਨਾਂ ਨੇ ਕਹੀ ਵੀ ਉਹ ਤੇ ਦਰਵਾਸਾ ਚਾਹਤੋ ਮਤਲਬ ਇਹ ਨਹੀਂ ਵੀ ਸਿੱਖ ਧਰਮ ਦੀ ਉਹਦਾ ਮਤਲਬ ਹੈ ਇਨਸਾਫ ਦੀ ਕਿਉਂਕਿ ਸਿੱਖ ਧਰਮ ਤਾਂ ਤੁਹਾਨੂੰ ਦਾ ਮਤਲਬ ਹੀ ਇਨਸਾਫ ਹੈ ਸੋ ਦਵੇ ਕੁਛ ਨਹੀਂ ਆਂਦੀ ਇਨਸਾਫ ਦੀ ਜਾਤ ਪਾਤ ਤੋਂ ਉੱਪਰ ਉੱਠ ਕੇ ਹਾਂਜੀ ਸੋ ਇਸ ਕ ਜਿਹੜਾ ਹੈਗਾ ਆਮਲਾ ਉੱਪਰ ਹੋਕ ਨਵੇੜਾ ਕਿਆ ਸੂਫੀ ਕਾ ਪੰਗਿਆ ਦੀ ਗੱਲ ਵੀ ਜਿਹੋ ਜਿਹਾ ਕਰੋਗੇ ਉਹੇ ਜਿਹਾ ਭਾਈ ਤੁਹਾਨੂੰ ਹੋਏਗਾ ਇੱਕ ਤਾਂ ਇਹ ਹੈ ਦੂਜਾ ਜਿਹੜਾ ਮੁਫਤੀ ਮੰਦਨ ਨੇ ਕਿਹਾ ਉਹਦੀ ਗੱਲ ਮੈਨੂੰ ਠੀਕ ਲੱਗਦੀ ਹੈ ਉਹ ਕੀ ਹੈ ਸੁਪਰੀਮ ਕੋਰਟ ਨੇ ਮੈਂ ਨਹੀਂ ਕਹਿ ਰਿਹਾ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਰਕਾਰ ਦਾ ਵਿਰੋਧ ਤੇ ਰਾਸ਼ਟਰ ਵਿਰੋਧ ਇਹਨਾਂ ਦੋਹਾਂ ਦੇ ਵਿੱਚ ਇੱਕ ਅੰਤਕੀ ਹੈ ਉਹ ਲਕੀਰ ਸਾਨੂੰ ਮਿਟਣ ਨਹੀਂ ਦੇਣੀ ਚਾਹੀਦੀ ਜਿੱਦ ਨੇ ਉਹ ਲਕੀਰ ਮਿਟ ਗਈ ਉਦੋਂ ਤਾਂ ਸਾਡਾ ਕਿਸੇ ਦਾ ਦੇਸ਼ ਕਿਸੇ ਦਾ ਕੁਝ ਹੋਰ ਹੀ ਬਣ ਜਾਏਗਾ ਪਰ ਜਿਹੜੀ ਇਹ ਸਰਕਾਰ ਹੈ ਬੇਸ਼ੱਕ ਪਹਿਨੀਆਂ ਸਰਕਾਰਾਂ ਵੀ ਕਰਦੀਆਂ ਆਈਆਂ ਨੇ ਕਦੇ ਟਾਡਾ ਲਾਤਾ ਕਦੇ ਡਿਫੈਂਸ ਆਫ ਇੰਡੀਆ ਡੀਆਈਆਰ ਲਾਤਾ ਡਿਫੈਂਸ ਆਫ ਇੰਡੀਆ ਰੂਲ ਕਦੇ ਐਮਰਜੈਂਸੀ ਲਾਤੀ ਪਰ ਇਹਨੇ ਹੁਣ ਜਾ ਕੇ ਯੂਏਪੀਏ ਤੇ ਹੋਰ ਸਾਰਾ ਕੁਝ ਕਰਕੇ ਇਸ ਤਰ੍ਹਾਂ ਕਰ ਰਿਹਾ ਵੀ ਜਿਹੜਾ ਵੀ ਜੇ ਵਿਰੋਧੀ ਵਿਰੋਧੀ ਹੈ ਤਾਂ ਵੀ ਉਹ ਰਾਸ਼ਟਰ ਵਿਰੋਧੀ ਹੈ ਜੇ ਸਰਕਾਰ ਦੀ ਗੱਲ ਨੂੰ ਕੋਈ ਆਲੋਚਨਾ ਕਰਦਾ ਤਾਂ ਵੀ ਰਾਸ਼ਟਰ ਵਿਰੋਧੀ ਹੈ ਜੇ ਕੋਈ ਜਾਇਜ਼ ਗੱਲ ਕਰਦਾ ਹੈ ਕਿ ਉਹ ਵੀ ਰਾਸ਼ਟਰ ਵਿਰੋਧੀ ਹੈ ਜੇ ਅਸੀਂ ਕਹਨੇ ਆਂ ਵੀ ਗਵਾਂਡੀਆਂ ਨਾਲ ਰਿਲੇਸ਼ਨ ਚੰਗੇ ਹੋਣ ਉਹ ਕਹਿੰਦੇ ਰਾਸ਼ਟਰ ਵਿਰੋਧ ਹੈ ਜਦ ਕਿ ਰਾਸਤੇ ਦੇ ਵਿੱਚ ਜੇ ਕੋਈ ਵੀ ਘਰ ਕਹੇਗਾ ਵੀ ਮੈਂ ਗਵਾਂਡੀਆਂ ਨਾਲ ਡੰਡਾ ਖੜਕਾ ਕਰਕੇ ਰੱਖਣ ਤਾਂ ਰਹਿ ਸਕਦਾ ਸ਼ਾਂਤ ਰਹੀ ਨਹੀਂ ਸਕਦਾ ਸੋ ਇਸੇ ਤਰ੍ਹਾਂ ਇੰਟਰਨਲ ਪੀਸ ਟੂ ਐਕਸਟਰਨਲ ਪੀਸ ਇਹ ਤਾਂ ਹੀ ਆਉਂਦੀ ਹੈ ਜੇ ਤੁਸੀਂ ਬਾਕੀ ਨਾਲ ਮੇਲ ਮਿਲਾਪ ਨਾਲ ਯੂਨੋ ਕਿਉਂ ਬਣੀ ਹੈ ਯੂਨੋ ਇਸੇ ਵਾਸਤੇ ਬਣੀ ਹੈ ਵੀ ਬਿਨਾਂ ਮਤਲਬ ਦੇ ਝਗੜੇ ਨਾ ਹੋਣ ਇਹ ਤਾਂ ਨਹੀਂ ਵੀ ਉਹਨਾਂ ਦਾ ਕੋਈ ਮਤਭੇਦ ਖਤਮ ਹੋ ਗਏ ਇਹ ਤਾਂ ਨਹੀਂ ਵੀ ਉਹ ਵੱਖਰੇ ਰਾਜ ਨਹੀਂ ਰਹੇ ਇਹ ਤਾਂ ਨਹੀਂ ਵੀ ਇੱਕ ਦੇ ਸਿਟੀਜ਼ਨ ਦੂਜੇ ਦੇ ਭਗਤ ਬਣ ਗਏ ਸਵਾਲ ਇਹ ਹੈ ਕਿ ਵੀ ਉਹਨਾਂ ਨੇ ਆਪ ਦਾ ਰਹਿਣਾ ਹੈ ਅਸੀਂ ਆਪ ਦਾ ਰਹਿਣਾ ਹੈ ਸਾਡੇ ਗੁਆਂਡੀ ਕੋਈ ਇੱਕ ਮੁਲਕ ਥੋੜਾ ਸਾਡੇ ਤਾਂ ਗੁਆਂਡ ਦੇ ਵਿੱਚ ਤਾਈਵਾਨ ਤੋਂ ਲੈ ਕੇ ਬਰਮਾ ਤੋਂ ਲੈ ਕੇ ਜਿਹਨੂੰ ਆਪਣਾ ਮਿਆਂਮਾਰ ਕਹਿੰਦੇ ਨੇ ਬੰਗਲਾਦੇਸ਼ ਹੈ ਨੇਪਾਲ ਹੈ ਪਟਾਨ ਹੈ ਸ਼੍ਰੀਲੰਕਾ ਹੈ ਹਾਂਜੀ ਇਦੋਂ ਪਾਕਿਸਤਾਨ ਹੈ ਉੱਦੋਂ ਨਾਲ ਹੀ ਅਫਗਾਨਿਸਤਾਨ ਸਾਡਾ ਹੀ ਜ਼ਿਲਿਆ ਹੈ ਸੋ ਅਸੀਂ ਕਿਨੂੰ ਮਤਲਬ ਗੁਆਂਡੀਆਂ ਦਾ ਮਤਲਬ ਗੁਆਂਡੀ ਹੈ ਗੁਆਂਡੀ ਦਾ ਮਤਲਬ ਕਦਲਾ ਪਾਕਿਸਤਾਨ ਜਾਂ ਅਫਗਾਨਿਸਤਾਨ ਨਹੀਂ ਹੈ ਸੋ ਇਸ ਕਰਕੇ ਜੱਜ ਸੀ ਗਵੰਡੀਆਂ ਦਾ ਹਾਂ ਅੱਛਾ ਫਿਰ ਮੁਸਲਮਨ ਪਪੂਲੇਸ਼ਨ ਦਾ ਬੰਗਲਾਦੇਸ਼ 'ਚ ਵੀ ਹੈ ਇਹ ਕਿਉਂ ਹੈ ਵੀ ਬੰਗਲਾਦੇਸ਼ ਦੇ ਵਾਸਤੇ ਨਹੀਂ ਹੈ ਸੋ ਬੰਗਲਾਦੇਸ਼ ਵਾਸਤੇ ਸਾਮਝ ਗੱਲ ਖੜੀ ਜਾਊਗੀ ਇੱਧਰ ਆ ਕੇ ਪਾਕਿਸਤਾਨ ਦੀ ਕਰੀ ਜਾਊਗੀ ਇਹ ਤਾਂ ਹੋਰ ਵੀ ਪਤਾ ਲੱਗਦਾ ਹੈ ਵੀ ਇਰਾਦੇ ਇਹ ਨਹੀਂ ਹੈ ਵੀ ਸਾਡਾ ਕੋਈ ਗਵੰਡੀਆਂ ਨਾਲ ਕੀ ਹੈ ਇਰਾਦੇ ਹੈ ਕਿ ਨਹੀਂ ਜਿਹੜੇ ਇਹਨੂੰ ਕਮਨਲ ਲੈਵਲ ਤੇ ਫਿਰ ਕਾ ਪ੍ਰਸਤਿਤ ਦੇ ਲੈਵਲ ਤੇ ਰੱਖੀ ਜਾਣਾ ਸੋ ਉਹਨਾਂ ਨੇ ਠੀਕ ਹੈ ਵੀ ਜਿਹੜਾ ਵੀ ਕੋਈ ਇੱਥੇ ਹੁਣ ਆਪਾਂ ਕਿਸਾਨ ਅੰਦੋਲਨ ਚ ਨਹੀਂ ਦੇਖਿਆ ਉਹਨਾਂ ਨੇ ਵੈਦਾਂ ਕਹਤਾ ਇਹ ਸਿਆਸੀ ਨੇ ਜੀ ਫੇਰ ਕਹਿੰਦਾ ਕੱਡੇ ਪੰਜਾਬ ਦਾ ਜੀ ਫੇਰ ਕਹਿੰਦਾ ਇਹ ਤਾਂ ਖਾਲਿਸਤਾਨੀ ਨੇ ਜੀ ਫੇਰ ਕਹਿੰਦਾ ਇਹ ਤਾਂ ਵੱਖਵਾਦੀ ਨੇ ਜੀ ਅਤਵਾਦੀ ਨੇ ਜੀ ਫੇਰ ਕਹਿੰਦਾ ਧਰਮ ਨਕਸਲਾਈਟ ਨੇ ਜੀ ਉਦੋਂ ਅੱਗੇ ਇੱਥੇ ਤੱਕ ਆ ਗਏ ਵੀ ਇਹ ਤਾਂ ਕਮਿਊਨਿਸਟ ਨੇ ਜੀ ਇਹਨਾਂ ਨੂੰ ਪੁੱਛੋ ਵੀ ਕਮਿਊਨਿਸਟਾਂ ਦੀ ਸਰਕਾਰ ਹੈ ਕਰਲਾ ਚ ਫੇਰ ਸਰਕਾਰ ਕਿੰਨੇ ਬਣ ਗਈ ਜੇ ਕਮਿਊਨਿਸਟਾਂ ਨੂੰ ਸਾਡਾ ਸੰਵਿਧਾਨ ਲਾਉਈ ਨਹੀਂ ਕਰਦਾ ਸੋ ਇਸ ਕਰਕੇ ਇਹ ਠੀਕ ਕਿਹਾ ਉਹਨਾਂ ਨੇ ਵੀ ਜੇ ਕਸ਼ਮੀਰ ਵਾਲੇ ਆਪਦੀ ਗੱਲ ਕਰਦੇ ਨੇ ਜੋ ਅਟਲ ਬਹਿਰੀ ਬਾਜਪਾਈ ਜੀ ਨੇ ਕਿਹਾ ਸੀ ਕਿ ਵੀ ਅਸੀਂ ਕਸ਼ਮੀਰੀਆਂ ਦਾ ਧਿਆਨ ਰੱਖਦੇ ਹੋਏ ਦੇਸ਼ ਦੇ ਹਿੱਤ ਚ ਫੈਸਲਾ ਲਵਾਂਗੇ ਹੁਣ ਇਹ ਦਾ ਮਤਲਬ ਇਹ ਛੋਲੇ ਟੱਲ ਵੀ ਰਿਹਾ ਜੀ ਪਾਕਿਸਤਾਨ ਦੇ ਹੱਕ ਚ ਹੋਗੇ ਰਾਜਪਾਈ ਸਾਹਿਬ ਪ੍ਰਧਾਨ ਮੰਤਰੀ ਸੀਗੇ ਜਦ ਕਿ ਹੈ ਤੇ ਉਹਨਾਂ ਨੂੰ ਪੱਤਰਕਾਰਾਂ ਨੇ ਸਵਾਲ ਪੁੱਛਿਆ ਬੜਾ ਸੋਹਣਾ ਜਵਾਬ ਸੀ ਉਹਨਾਂ ਦਾ ਬੇਸ ਕਸ਼ਮੀਰੀਆਂ ਦਾ ਵੀ ਚਾਨਕ ਕਸ਼ਮੀਰੀਅਤ ਪੰਜਾਬੀਅਤ ਜਾਂ ਜਿਹੜੇ ਮਰਾਠੇ ਨੇ ਮਰਾਠਿਆਂ ਦਾ ਆਪਦਾ ਰਾਜਪੂਤਾਨੇ ਵਾਲਿਆਂ ਦਾ ਆਪਦਾ ਵੀ ਅਸੀਂ ਕਿਹਾਂ ਅਸਾਮੀਆਂ ਦਾ ਆਪਣਾ ਕਲਚਰ ਹੈ ਆਪਦੇ ਜੇ ਸੱਭਿਆਚਾਰ ਤੇ ਆਪਜੀ ਬੋਡੀ ਤੇ ਇਹ ਨਹੀਂ ਕਿ ਤੁਸੀਂ ਦੂਜੇ ਨੂੰ ਮਾਰਾ ਸਮਝੋ ਪਰ ਆਪਣੀ ਬੋਡੀ ਦਾ ਸਤਿਕਾਰ ਕਰਨਾ ਉਹਦਾ ਰਾਈਟ ਮੰਗਣਾ ਤਾਂ ਸਾਡਾ ਸਾਡਾ ਵੈਸੀ ਫਰਜ ਹੈ ਮੈਂ ਕਹਾਂਗਾ ਰਾਈਟ ਨਹੀਂ ਫਰਜ ਹੈ ਸਾਡਾ ਕਿਉਂਕਿ ਆਪਣੀ ਮਾਂ ਨੂੰ ਬਚਾਉਣਾ ਸਾਡਾ ਫਰਜ ਹੈ ਇਹ ਨਹੀਂ ਕਿ ਮਾਂ ਨੂੰ ਕੋਈ ਮਾਰੀ ਜਾਵੇ ਤੇ ਅਸੀਂ ਚੁੱਪ ਰਹੀਏ ਸੋ ਇਸ ਵਿੱਚ ਅਗੇਨ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਬੋਡੀ ਜਿੰਨੀ ਇੰਪੋਰਟੈਂਟ ਹੈ ਕਹਿੰਦੇ ਸਭ ਘਰ ਘਰ ਜੀਆਂ ਘਰ ਘਰ ਮੀਆਂ ਸਭਣਾ ਜੀਆਂ ਬੋਡੀ ਵਰਤ ਮਾਰੀ ਕਹਿੰਦੇ ਤੁਸੀਂ ਬੋਡੀ ਵੀ ਬਾਦਿਆਂ ਦੀ ਬੋਡ ਲਾਗੇ ਗਹਿਰਮੀ ਤੁਸੀਂ ਕੀ ਕਰ ਲੈਣਾ ਸੋ ਇਸ ਕਰਕੇ ਬੋਡੀ ਦਾ ਸੱਭਿਆਚਾਰ ਦਾ ਪਰ ਇੱਥੇ ਕੁਝ ਹੈ ਜਿਹਾ ਹੋ ਗਿਆ ਕਿ ਜੇ ਕੋਈ ਕਸ਼ਮੀਰੀ ਗੱਲ ਕਰਦਾ ਹੈ ਵੀ ਸਾਨੂੰ ਗੁਕ ਗੁਕਾਰ ਅਲਾਈਨਸ ਵਾਲੇ ਕਰਦੇ ਨੇ ਬਾਰ ਬਾਰ ਕਹਿੰਦੇ ਨੇ ਵੀ ਸਾਡੇ ਨਾਲ ਇਸ ਤਰ੍ਹਾਂ ਕਰੋ ਕਸ਼ਮੀਰੀਅਤ ਦੀ ਗੱਲ ਕਰਦੇ ਨੇ ਤਾਂ ਉਹ ਕਸ਼ਮੀਰੀ ਐਂਟੀ ਨੇਸ਼ਨ ਹੋ ਗਏ ਪਰ ਉਹ ਪਾਕਿਸਤਾਨੀ ਹੋ ਗਏ ਜੇ ਕੋਈ ਪੰਜਾਬੀ ਗੱਲ ਕਰਦਾ ਹੈ ਵੀ ਪੰਜਾਬ ਦੇ ਹੱਕਾਂ ਦੀ ਗੱਲ ਤੋਂ ਕਾਸ਼ਤਾਨੀ ਹੋ ਗਿਆ ਜੇ ਕੋਈ ਪੰਜਾਬੀ ਗੱਲ ਕਰਦਾ ਹੈ ਵੀ ਸਾਡੇ ਕਰਾਚੀ ਚੋਂ ਤਾਂ ਤੁਸੀਂ ਵਪਾਰ ਕਰੀ ਜਾਂਦੇ ਹੋ ਪਾਕਿਸਤਾਨ ਨਾਲ ਰਿਲੇਸ਼ਨ ਤਾਂ ਕਰਾਚੀ ਦੇ ਵੱਲੋਂ ਵੀ ਉਹੇ ਜੀ ਨੇ ਜੇ ਪੰਜਾਬ ਦੇ ਰਹੀਂ ਤੁਸੀਂ ਬਾਗਾ ਬਾਰਡਰ ਰਹੀਂ ਵਪਾਰ ਕਰਦੇ ਨਹੀਂ ਉਹਦੇ ਉੱਤੇ ਵੀ ਇਹ ਵੀ ਖੁੱਲਣਾ ਚਾਹੀਦਾ ਤਾਂ ਕਿ ਪੰਜਾਬ ਦੇ ਵਪਾਰੀ ਨੂੰ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੇ ਨੌਜਵਾਨ ਨੂੰ ਕੋਈ ਬੈਨੀਫਿਟ ਨਾ ਮਿਲੇ ਉਹਦੇ ਵਿੱਚ ਉਹ ਫਿਰ ਇੰਟਰਨੈਸ਼ਨਲ ਹੋ ਜਾਂਦਾ ਉਹਨੂੰ ਤੁਸੀਂ ਇੰਟਰਨੈਸ਼ਨਲ ਕਰਦਾ ਮੈਨੂੰ ਵੀ ਇਹਨੇ ਵਪਾਰ ਕਰਨ ਨੂੰ ਖੁੱਲ ਨੂੰ ਕਿਉਂ ਗੱਲ ਕਹੀ ਸੀ ਸੋ ਇਸ ਕਰਕੇ ਸੱਚੀ ਗੱਲ ਕਹੀ ਆ ਉਹਨਾਂ ਨੇ ਅ ਕਿ ਉਹ ਉਹ ਫਾਰਮਰ ਮੁੱਖ ਮੰਤਰੀ ਨੇ ਜਿਨ੍ਹਾਂ ਦੀ ਬੀਜੇਪੀ ਨਾਲ ਅਲਾਈਅੰਸ ਸੀ ਅਲਾਈਅੰਸ ਵਾਲੇ ਮੁੱਖ ਮੰਤਰੀ ਨੇ ਕਿਹਾਏ ਕੋਈ ਦੂਜੇ ਨੇ ਨਹੀਂ ਕਿਹਾ ਅਲਾਈਸ ਉਹਨਾਂ ਦੀ ਵੀ ਸੀ ਹੋਰ ਕਿਸੇ ਦੀ ਅਲਾਈਸ ਉਹਨਾਂ ਨਾਲ ਨਹੀਂ ਹੋਈ ਕਦੇ ਇਸ ਕਰਕੇ ਇਹ ਗੱਲ ਨੂੰ ਸਾਨੂੰ ਇਸ ਰੂਪ ਚ ਹੀ ਦੇਖਣਾ ਚਾਹੀਦਾ ਹੈ ਕਿ ਸਾਡਾ ਦੇਸ਼ ਆ ਜਿਹੜਾ ਇਹ ਬਹੁ ਬਾਸ਼ੀ ਬਹੁ ਸਭਿਆਚਾਰਕ ਤੇ ਬਹੁ ਅਰਥ ਚਾਰੇ ਵਾਲਾ ਹੈ ਉਹ ਜੇ ਅਸੀਂ ਇਹਦੀ ਜਿਹੜੀ ਭਿੰਨਤਾ ਹੈ ਬਨਸਵੰਤਾ ਅੱਜ ਦੀ ਦੁਨੀਆ ਦੇ ਵਿੱਚ ਇਹ ਬੜਾ ਵੱਡਾ ਖਤਰਾ ਮੰਡਰਾ ਰਿਹਾ ਹੈ ਕਿ ਦੁਨੀਆ ਦੇ ਵਿੱਚ ਜਿਹੜੀ ਜੈਵਿਕ ਭਿੰਨਤਾ ਬਨਸਵੰਤਾ ਜਿਹੜੀ ਤਰਨ ਤਰਨ ਦੇ ਜੀਵ ਨੇ ਉਹ ਵੰਸਵੰਤਾ ਖਤਮ ਹੋ ਰਹੀ ਹੈ ਜਿਹਦੇ ਕਰਕੇ ਮਨੁੱਖ ਨੇ ਖਤਮ ਹੋ ਜਾਣਾ ਹੈ ਇਹ ਖਤਰੇ ਦੇ ਉੱਤੇ ਪੈਰਿਸ ਤੇ ਕਾਨਫਰੰਸ ਹੋ ਰਹੀ ਹੈ ਹੈ ਜੀ ਰਿਓ ਡੀ ਜਨੇਰੋ ਚ ਕਾਨਫਰੰਸ ਹੋਈ ਥਾਂ ਥਾਂ ਤੇ ਕਾਨਫਰੰਸਾਂ ਹੋ ਰਹੀਆਂ ਨੇ ਪ੍ਰੋਟੋਕੋਲ ਬਣ ਰਹੀਆਂ ਨੇ ਵੀ ਜਿਹਨੂੰ ਮਰਿਆਦਾਵਤ ਕੇ ਕਹਿੰਦੇ ਆਪਾਂ ਹਾਂ ਕੋਈ ਟੂ ਪ੍ਰੋਟੋਕੋਲ ਬਣੀ ਸੋ ਅੱਜ ਜੇ ਅਸੀਂ ਕਹਿੰਦੇ ਆ ਵਿੰਨਤਾ ਰਹਿਣੀ ਚਾਹੀਦੀ ਹੈ ਵੰਨਸਵੰਤਾ ਰਹਿਣੀ ਚਾਹੀਦੀ ਹੈ ਉਹ ਵੰਨਸਵੰਤਾ ਕੱਢੀ ਪਸ਼ੂਆਂ ਦੀ ਪੰਛੀਆਂ ਦੀ ਜਾਂ ਵਨਸਪਤੀ ਦੀ ਨਹੀਂ ਉਹ ਬੋਲੀਆਂ ਦੀ ਉਹ ਸੱਭਿਆਚਾਰ ਦੀ ਉਹ ਖਾਣ ਪੀਣ ਦੀ ਉਹ ਗੀਤਾਂ ਦੀ ਉਹ ਨੱਚਣ ਦੀ ਉਹ ਟੱਪਣ ਦੀ ਇਹ ਵੀ ਵੰਨਸਵੰਤਾ ਹੈ ਸੋ ਇਸ ਕਰਕੇ ਅੱਜ ਜਿਹੜਾ ਵੰਨਸਵੰਤਾ ਦੀ ਗੱਲ ਕਰਦਾ ਹੈ ਉਹ ਪੂਰੀ ਵਿਸ਼ਵ ਦੀ ਗੱਲ ਕਰਦਾ ਕਿਉਂਕਿ ਵਿਸ਼ਵ ਨੂੰ ਵੰਨਸਵੰਤਾ ਦੀ ਲੋੜ ਹੈ ਵਿਚ ਵਿੱਚ ਬੁੰਡੀਆਂ ਬਚਾਉਣਾ ਹੀ ਜ਼ਰੂਰੀ ਨੇ ਇਹ ਸਾਡੀ ਧਰ ਹੋਰ ਹੈ ਇਹਨੂੰ ਬਚਾ ਕੇ ਰੱਖਣਾ ਜ਼ਰੂਰੀ ਹੈ ਪਰ ਅੱਜ ਇੱਕ ਨਵਾਂ ਦੋ ਦੋ ਵਿਚਾਰ ਨੇ ਇਹ ਆਈ ਨਹੀਂ ਕਰਦਾ ਪਾਸ ਕਰਦੇ ਦੋ ਵਿਚਾਰ ਨੇ ਇੱਕ ਵਿਚਾਰ ਕਹਿੰਦਾ ਸਾਰਾ ਕੁਝ ਇੱਕੋ ਹੀ ਕਰ ਦੋ ਇੱਕੋ ਜਿਹਾ ਹੋਵੇ ਇੱਕੋ ਰੰਗ ਇੱਕੋ ਕੱਢਾ ਇੱਕੋ ਕਪੜਾਣਾ ਇੱਕੋ ਰੰਨਾ ਦੂਜਾ ਕਹਿੰਦਾ ਨਹੀਂ ਹਰ ਇੱਕ ਦੀ ਵੰਸਵੰਤਾ ਵੀ ਰਹੇ ਫਿਰ ਵੀ ਇਕੱਠੇ ਰਹੇ ਆ ਜਿਹੜਾ ਦੂਜਾ ਵਿਚਾਰ ਹੈ ਇਕੱਠੇ ਰਹਿਣ ਵਾਸਤੇ ਜ਼ਿਆਦਾ ਸੰਭਵ ਹੈ ਤਾਂ ਮੈਂ ਇਸ ਗੱਲ ਨੂੰ ਅੱਗੇ ਵਧਾਉਂਗਾ ਜੋ ਇਹ ਜਾਤਾਂ ਪਾਤਾਂ ਦੀ ਰਾਜਨੀਤੀ ਹੈ ਹਾਲਾਂਕਿ ਸਰਕਾਰਾਂ ਦਾ ਵਣ ਜਾਂਦੀਆਂ ਨੇ ਇਹਨਾਂ ਫਾਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਦੇਸ਼ ਦੀ ਸਥਿਤੀ ਹੋਊਗੀ ਗਲੇ ਗਲੀਆਂ ਮਹੱਲੇ ਦੀਆਂ ਜੋ ਸਥਿਤੀਆਂ ਹੋਣਗੀਆਂ ਇਹਨਾਂ ਸਿਆਸਤਾਂ ਦੇ ਜਾਤਾਂ ਪਾਤਾਂ ਧਰਮਾਂ ਦੇ ਵਿੱਚ ਵੰਡੇ ਹੋਏ ਇਹ ਲੋਕ ਆਖਰ ਦੇ ਵਿੱਚ ਜੋ ਦੇਸ਼ ਦੇ ਵਿੱਚ ਲੱਗਦਾ ਕਿ ਇੱਕ ਬੜੇ ਉਸ ਗਹਿਰਾਈ ਦੇ ਵਾਲੇ ਸੰਕਟ ਦੇ ਵਿੱਚ ਅਸੀਂ ਜਾ ਕੇ ਸ਼ਾਮਲ ਹੋ ਰਹੇ ਹਾਂ ਇਸ ਪੂਰੇ ਜਾਤਾਂ ਪਾਤਾਂ ਧਰਮਾਂ ਦੇ ਵਿੱਚ ਨਾ ਦੇ ਵੰਡੀਆਂ ਨੂੰ ਲੈ ਕੇ ਕਿਉਂਕਿ ਇੱਥੇ ਬਨਸਵੰਤਾ ਜਿਵੇਂ ਤੁਸੀਂ ਜ਼ਿਕਰ ਕੀਤਾ ਅਲੱਗ-ਅਲੱਗ ਤਰ੍ਹਾਂ ਦੇ ਲੋਕ ਵਸਦੇ ਨੇ ਧਰਮਾਂ ਦੇ ਨਾਲ ਸੰਬੰਧਤ ਨੇ ਅਲੱਗ-ਅਲੱਗ ਕੀਤਾ ਦੇ ਨਾਲ ਵੀ ਸੰਬੰਧਤ ਨੇ ਜੋ ਇਹ ਵੰਡੀਆਂ ਪਾਈਆਂ ਜਾ ਰਹੀਆਂ ਨੇ ਹਾਲਾਂਕਿ ਸਰਕਾਰਾਂ ਤਾਂ ਬਣ ਜਾਣਗੀਆਂ ਪਰ ਜੋ ਲੋਕਾਂ ਲਈ ਬਣੂ ਇਹ ਬੜੇ ਇਹ ਮਾਰੂ ਸਾਬਤ ਹੋਣਗੇ ਫੈਸਲੇ ਬਿਲਕੁਲ ਠੀਕ ਹੈ ਤੁਸੀਂ ਜਿਹੜੇ ਦੇਸ਼ ਦੇਸ਼ ਨੂੰ ਕੌਣ ਬਚਾਉਂਦੇ ਨੇ ਦੇਸ਼ ਨੂੰ ਉਹੀ ਯੋਧੇ ਬਚਾਉਂਦੇ ਨੇ ਜਿਹੜੇ ਸੀਸ ਤੜਲੀ ਤੇ ਕਹਿੰਦੀ ਆ ਤਾ ਪ੍ਰੇਮ ਕਰਨ ਦਾ ਚਾਹੋ ਤੋ ਸੀਸ ਤੜ ਤੜਤਲੀ ਗਲੀ ਮੁਰੀ ਆਓ ਦੇਸ਼ ਨੂੰ ਉਹੀ ਬਚਾਉਂਦੇ ਨੇ ਜਿਹੜੇ ਗਰੀਬ ਗੁਰਬੇ ਦੀ ਗੱਲ ਕਰਦੇ ਨੇ ਸੁਰਸੋ ਪਹਿਚਾਨੀਏ ਜੋ ਡੜੀਦੀਨ ਕੇ ਹੀ ਤੇ ਪੁਰਜਾ ਪੁਰਜਾ ਕਟਮਰੇ ਕਭੂ ਨਾ ਛਾਡੇ ਖੇਤ ਉਹ ਛੂਲ ਨੇ ਉਹੀ ਬਹਾਦਰ ਨੇ ਤੇ ਇਸ ਕਰਕੇ ਕੰਡਾ ਸਿਰ ਨਵਾਉਣ ਨਾਲ ਕਹਿੰਦੇ ਅਪਰਾਧੀ ਦੂਣਾ ਨਵੇ ਜੋ ਹੰਤਾ ਮਿਰਗਾ ਹੈ ਤੇ ਇਸ ਕਰਕੇ ਜੇ ਅਸੀਂ ਅੱਜ ਇਹ ਚਾਹੁੰਦੇ ਆ ਕਿ ਸਾਡਾ ਦੇਸ਼ ਤਕੜਾ ਰਹੇ ਸਾਡਾ ਦੇਸ਼ ਸੁਹੇਦ ਰਹੇ ਸਾਡੇ ਦੇਸ਼ ਚ ਸ਼ਾਂਤੀ ਰਹੇ ਵਿਕਾਸ ਹੋਵੇ ਅਸੀਂ ਦੁਨੀਆ ਦੇ ਵਿੱਚ ਆਪਣਾ ਨਾਮ ਬਣਾਈਏ ਸਾਡੇ ਬੰਦੇ ਜਿਹੜੇ ਨੇ ਉਹ ਖੁਸ਼ਹਾਲ ਹੋਣ ਇੱਕ ਦੂਜੇ ਨਾਲ ਲੜਨ ਦੀ بجائے ਇਕੱਠੇ ਹੋ ਕੇ ਰਹਿਣਾ ਤਾ ਤਾਂ ਸਾਨੂੰ ਮਿਲਮੜਾ ਆਪਾਂ ਦੀ ਗੱਲ ਕਰਨ ਵੀ ਉਹ ਕਰਨੀ ਪੈਗੀ ਹਰ ਇੱਕ ਦੀ ਇਮਾਨਤਿਤ ਕਰਕੇ ਮੈਂ ਤੁਹਾਡੀ ਇੱਜ਼ਤ ਕਰਾਂ ਤੁਸੀਂ ਮੇਰੀ ਕਰੋ ਫਿਰ ਤਦ ਤੁਸੀਂ ਮੇਰੀ ਉਮਰ ਦਾ ਵੀ ਧਿਆਨ ਰੱਖੋਗੇ ਜੇ ਮੈਂ ਤੁਹਾਡੀ ਇੱਜ਼ਤ ਨਹੀਂ ਕਰਾਂਗਾ ਤੁਸੀਂ ਮੇਰੀ ਉਮਰ ਦਾ ਕਿਉਂ ਧਿਆਨ ਰੱਖੋਗੇ ਫਿਰ ਤੁਹਾਡੇ ਤੁਹਾਡੀ ਮੈਂ ਜਵਾਨੀ ਦਾ ਧਿਆਨ ਰੱਖਾਂਗਾ ਤੁਸੀਂ ਮੇਰੀ ਉਮਰ ਦਾ ਧਿਆਨ ਰੱਖੋਗੇ ਇਹ ਤਾਂ ਇੱਕ ਇਹ ਤਾਂ ਮਿਊਚੂਅਲ ਹੈ ਸੋ ਇਸ ਕਰਕੇ ਜਿਹੜਾ ਸਾਡਾ ਤੁਸੀਂ ਬਿਲਕੁਲ ਸਹੀ ਕਿਹਾ ਹੈ ਕਿ ਸਾਡੇ ਦੇਸ਼ ਦੇ ਵਿੱਚ ਅੱਜ ਸਮੱਸਿਆ ਕਿੱਥੇ ਆ ਗਈ ਹੈ ਸਾਡੇ ਦੇਸ਼ 'ਚ ਸਮੱਸਿਆ ਇਹ ਆ ਗਈ ਆ ਅਸੀਂ ਤਾਂ ਕਹਿੰਦੇ ਅਸੀਂ ਦੇਸ਼ ਨੂੰ ਮਟਾ ਰਹੇ ਹਾਂ ਅਸੀਂ ਉਹ ਲੋਕ ਪੈਦਾ ਕਰ ਰਹੇ ਹਾਂ ਜਿਨ੍ਹਾਂ ਨੇ ਬੋਲਣਾ ਹੀ ਨਹੀਂ ਜਿਨ੍ਹਾਂ ਦੇ ਉੱਤੇ ਜਦ ਹਮਲਾ ਹੋਊ ਕਹਣਗੇ ਵੀ ਚੰਗਾ ਹੋਰ ਕਰ ਦੋ ਜਿਹੜੇ ਜਮਾਂ ਹੀ ਨਹੀਂ ਬੋਲ ਸਕਦੇ ਅਸੀਂ ਉਹ ਜਿਹੇ ਡਰੂ ਉਹ ਜਿਹੇ ਦੱਬੂ ਲੋਕ ਪੈਦਾ ਕਰਦਿਆਂ ਦੁਨੀਆ ਦੀਆਂ ਕੌਮਾਂ ਜਿਹੜੀਆਂ ਬਸੀਆਂ ਨੇ ਉਹ ਭਾਦਰਾ ਨਾਲ ਬਸੀਆਂ ਨੇ ਪੱਕੀਆਂ ਸਿੱਧੀਆਂ ਨਹੀਂ ਹਾਂ ਉੱਤੇ ਪੱਕੀਆਂ ਹੋਣ ਤਮੀਰਾ ਮਿੱਠੇ ਬੇਲ ਕਦੇ ਨਾ ਲੱਗਦੇ ਕਿੱਕਰਾਂ ਨਾਲ ਕਰੀਰਾ ਸੋ ਜੇ ਪੱਕੀ ਨਹੀਂ ਨਹੀਂ ਹੋਏਗੀ ਪੱਕੀ ਨਹੀਂ ਸਾਡੀ ਕੀ ਹੈ ਸਾਡੀ ਇਕਤਾ ਸਾਡੇ ਇੱਕ ਦੂਜੇ ਦਾ ਮਾਣ ਹਰ ਇੱਕ ਦੇ ਜੋ ਸੱਭਿਆਚਾਰ ਹੈ ਜੋ ਬੋਲੀ ਹੈ ਜੋ ਖਾਣਾ ਪਾਣਾ ਹੈ ਜੋ ਹੱਸਣਾ ਹੈ ਨੱਚਣਾ ਟੱਪਣਾ ਹੈ ਜੋ ਉਸ ਦੇ ਰਸਮ ਰਿਵਾਜ ਨੇ ਉਹਨਾਂ ਦੀ ਮਾਨ ਇੱਜ਼ਤ ਕਰਨਾ ਜ਼ਰੂਰੀ ਨਹੀਂ ਵੇ ਸੋਨੋ ਅਡਾਪਟ ਕਰਾਂਗੇ ਉਹਦੀ ਮਾਨ ਇੱਜ਼ਤ ਕਰਨਾ ਵੀ ਠੀਕ ਹੈ ਇਹ ਤੁਹਾਡਾ ਕਹਿ ਤੁਸੀਂ ਕਰੋ ਆਪਣਾ ਸੋ ਇਹ ਸਹੀ ਕਿ ਹੈ ਤੁਸੀਂ ਇਹ ਬਹੁਤ ਜ਼ਰੂਰੀ ਹੈ ਅੱਜ ਸਾਡੀ ਸਿਆਸਤ ਕੋਸ਼ਿਸ਼ ਕਰਦੀ ਹੈ ਲੋਕਾਂ ਨੂੰ ਇਸ ਤਰ੍ਹਾਂ ਦੇ ਬੰਦ ਕਰਕੇ ਤੁਸੀਂ ਸੋਚੋ ਜਿੱਦ ਸੱਚੀ ਮੁੱਚੀ ਇਹ ਗਹਿਰੀ ਖਾਈ ਹੋ ਗਈ ਜਿਹੜੀ ਕਿ ਪਾਕਿਸਤਾਨ ਵੇਲੇ ਆਪਾਂ ਦੇਖੀ ਹੈ ਜਿਹੜੀ ਕਿ ਆਪਾਂ 84 ਚ ਵੀ ਦੇਖੀ ਹੈ ਜਿਹੜੀ ਅਸੀਂ 2002 ਚ ਵੀ ਦੇਖੀ ਹੈ ਜਦ ਫੌਜਾਂ ਦੇ ਵਿੱਚ ਜਾਂ ਸਾਡੇ ਜਿਹੜੇ ਸੁਰੱਖਿਆ ਬਲ ਨੇ ਚਾਹੇ ਉਹ ਸੂਬਿਆਂ ਕੋਲ ਨੇ ਪੁਲਿਸ ਹੈ ਸੀਆਰਪੀ ਹੈ ਇੰਡਸਟਰੀ ਸਕਿਉਰਿਟੀ ਫੋਰਸ ਹੈ ਬਾਰਡਰ ਸਕਿਉਰਿਟੀ ਫੋਰਸ ਹੈ ਜਾਂ ਆਰਮਡ ਫੋਰਸਸ ਨੇ ਜੇ ਉਹਨਾਂ ਦੇ ਵਿੱਚ ਕਿਤੇ ਇਹੋ ਜਿਹਾ ਕਾਮਨਿਟਿਜ਼ਮ ਭਰ ਗਿਆ ਤੇ ਫਿਰ ਸਾਡਾ ਬਚਾ ਕਿੱਥੇ ਹੋਊਗਾ ਬਿਲਕੁਲ ਸਭ ਤੋਂ ਇਹ ਤਾਂ ਅਖੀਰ ਵਿੱਚ ਹੀ ਲੜਕੇ ਮਰ ਜਾਣਗੇ ਸਾਨੂੰ ਤਾਂ ਸਾਡੇ ਤੇ ਗੱਲ ਬਾਰੀ ਬਾਚ ਆਊਗੀ ਸੋ ਸਾਡੇ ਵਾਸਤੇ ਏਕਤਾ ਜ਼ਿਆਦਾ ਜ਼ਰੂਰੀ ਹੈ ਸਾਡੇ ਵਾਸਤੇ ਹਰੇਕ ਦਾ ਮਾਨਤਾ ਨਾਂ ਜ਼ਿਆਦਾ ਜ਼ਰੂਰੀ ਹੈ ਦੇਸ਼ ਵਾਸਤੇ ਤੇ ਜੇ ਮਾਨਤਾ ਨਾ ਹੋਣ ਆਪਾਂ ਦੇਖਿਆ ਨਹੀਂ ਇਹ ਏਕਤਾ ਨਾ ਹੋਣ ਕਰਕੇ ਅਸਾਮ ਦਾ ਤੇ ਉਹਦਾ ਝਗੜਾ ਤਿਆ ਤਿਆ ਹੈ ਨਾ ਬਿਲਕੁਲ ਤ੍ਰਿਪੁਰਾ ਦਾ ਤੇ ਮਿਗਾਲਿਆ ਦਾ ਝਗੜਾ ਤਿਆ ਤਿਆ ਕਿ ਇੰਕੇ ਨਹੀਂ ਦੇਖ ਲਓ ਤੁਹਾਡੇ ਸਾਹਮਣੇ ਹੈ ਅਸਾਮ ਦਾ ਤੇ ਮਿਜੁਰਮ ਦਾ ਤ੍ਰਿਪੁਰਾ ਤੇ ਇਹਦਾ ਮਗਾਲਿਆ ਦਾ ਝਗੜੇ ਚੱਲ ਰਹੇ ਨੇ ਮਨੀਪੁਰ ਨਾਲ ਵੀ ਝਗੜਾ ਚੱਲੀ ਜਾ ਰਿਹਾ ਹੈ ਜੇ ਲੋਕਾਂ ਹੀ ਇੱਕ ਦੂਜੇ ਦੇ ਇੱਕ ਦੂਜੇ ਦੇ ਪੁਲਿਸ ਇੱਕ ਦੂਜੇ ਦੇ ਖਿਲਾਫ ਹੋ ਕੇ ਖੜੀ ਹੈ ਆ ਰਾਜਵੀਕ ਕੋ ਪਾਰਟੀ ਦਾ ਕਈ ਜਗ੍ਹਾ ਤੇ ਨਾ ਜੇ ਕੋ ਪਾਰਟੀਆਂ ਦੇ ਆਜ ਵੀ ਦੋ ਪਾਸੇ ਤਣਾ ਤਣੀ ਚ ਖੜੇ ਨੇ ਤਾਂ ਇਹ ਦਾ ਮਤਲਬ ਹੈ ਵੀ ਕਿਤੇ ਨਾ ਕਿਤੇ ਅਸੀਂ ਵੱਡਾ ਜਿਹੜਾ ਸਾਡਾ ਤਰਹ ਹੋਰ ਸੀ ਜਿਹੜਾ ਸਾਡਾ ਤਾਕਤ ਸੀ ਉਹਨੂੰ ਕਿਤੇ ਨਾ ਕਿਤੇ ਢਾਹ ਲਾਈ ਹੈ ਅਸੀਂ ਜੇ ਕਹਿੰਦੇ ਅਸੀਂ ਤਕੜੇ ਹਾਂ ਅਸੀਂ ਤਕੜੇ ਨਹੀਂ ਹੋਏ ਅਸੀਂ ਢਾਹ ਲਾਈ ਹੈ ਕਿਉਂਕਿ ਲੋਕਾਂ ਨੂੰ ਇਹ ਅਸੀਂ ਤਾਂ ਇਹ ਸਮਝਦਿਆਂ ਕਿ ਦੇਸ਼ ਜਿਹੜਾ ਹੈ ਉਹ ਕੱਲੀ ਧਰਤੀ ਨਾਲ ਨਹੀਂ ਬਣਦਾ ਦੇਸ਼ ਉੱਥੋਂ ਦੇ ਲੋਕਾਂ ਨਾਲ ਬਣਦਾ ਹੈ ਜੇ ਉੱਥੋਂ ਦੇ ਲੋਕ ਤੁਸੀਂ ਦੱਸੋ ਅੱਜ ਕਿੰਨੇ ਉਜਾੜ ਪੈਣੇ ਦੁਨੀਆ 'ਚ ਜਿੱਥੇ ਕੋਈ ਬੰਦਾ ਵੱਸਦਾ ਨਹੀਂ ਉਨੂੰ ਕੋਈ ਕਹੀ ਜਾਵੇ ਮੇਰੀ ਮਲਕੀਤ ਆ ਕੁਛ ਉਹਦੇ ਹੀ ਕਰਨਾ ਕੀ ਆ ਉਹਦੇ ਚ ਕੁਝ ਨਹੀਂ ਕਰਦੇ ਸੋ ਜਿਹੜਾ ਦੇਸ਼ ਹੈ ਉਹ ਧਰਤੀ ਦੇ ਟੁਕੜੇ ਦੇ ਉੱਤੇ ਉਸ ਦੇ ਲੋਕ ਜਿਹੜੇ ਨੇ ਉਹ ਅਸਲੀ ਦੇਸ਼ ਨਹੀਂ ਤੇ ਜੇ ਉਹ ਲੋਕ ਹੀ ਵੰਡੇ ਰਹੇ ਤੇ ਫਿਰ ਉਹ ਟੁਕੜਾ ਇਕੱਠਾ ਰਹਿਣਾ ਮੁਸ਼ਕਲ ਹੁੰਦਾ ਹੈ ਜੀ ਡਾਕਟਰ ਸਾਹਿਬ ਅਗਲਾ ਮੇਰਾ ਸਵਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈਸ ਕਾਨਫਰੰਸਾਂ ਲੈ ਕੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਪ੍ਰੈਸ ਕਾਨਫਰੰਸਾਂ ਕਰ ਰਹੇ ਹਨ ਹਾਲਾਂਕਿ 17 ਤਰੀਕ ਦਾ 17 ਸਤੰਬਰ ਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰੋਗਰਾਮ ਸੀ ਕਿ ਅਸੀਂ ਭਾਜੀਪੀ ਸਰਕਾਰ ਦੇ ਖਿਲਾਫ ਪਰ ਉਸ ਪ੍ਰਦਰਸ਼ਨ ਕਰਾਂਗੇ ਦਿੱਲੀ ਦੇ ਵਿੱਚ ਜਾ ਕੇ ਉੱਥੋਂ ਜੋ ਤੁਸੀਂ ਵੀ ਸਾਰਿਆਂ ਨੇ ਦੇਖਿਆ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਿਪਿਸ਼ ਸ਼ਰਮਣੀ ਇਕਾਲੇਦਲ ਨੇ ਕਿ ਇਨਫਾਰਮ ਕਰਾਂਗੇ ਅਸੀਂ ਕਿ ਸਾਡੇ ਨਾਲ ਜੋ ਜੋ ਉੱਥੇ ਹੋਇਆ ਸੀ ਉਹ ਕਿਸਾਨ ਮੋਰਚੇ ਨੂੰ ਉਸ ਤੋਂ ਬਾਅਦ ਬਲਵੇਰ ਸਿੰਘ ਰਾਜੇਵਾਲ ਹੋਰਾਂ ਦਾ ਬਿਆਨ ਆਉਂਦਾ ਸ਼ਰਮਣੀ ਇਕਾਲੇਦਲ ਫਿਰ ਪ੍ਰੈਸ ਕਾਨਫਰੰਸ ਕਰਦਾ ਕੀ ਲੱਗਦਾ ਹੈ ਇਸ ਕੋਰੇ ਮਸਲੇ ਤੇ ਦੇਖੋ ਇਹਦੇ ਵਿੱਚ ਮੈਨੂੰ ਐ ਲੱਗਦਾ ਹੈ ਵੀ ਸ਼ਰਮਨੀ ਅਕਾਲੀਦਾਰ ਨੂੰ ਆਪਣੀਆਂ ਪ੍ਰੈਸ ਹੋ ਕਰਨ ਦਾ ਪ੍ਰੈਸ ਕਾਨਫਰੰਸਾਂ ਕਰਨ ਦਾ ਜਾਂ ਲੋਕਾਂ ਦੇ ਇਕੱਠ ਕਰਕੇ ਗੱਲ ਕਰਨ ਦਾ ਅਧਿਕਾਰ ਹੈ ਇੱਕ ਪਰ ਉਹ ਅਧਿਕਾਰ ਦਾ ਮਤਲਬ ਇਹ ਨਹੀਂ ਹੈ ਕਿ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਲੋਕਾਂ ਨੂੰ ਵਿਰੋਧ ਕਰਨ ਦਾ ਅਧਿਕਾਰ ਨਹੀਂ ਜੋ ਦੂਰ ਖੜੇ ਆਪਣੀਆਂ ਅਕਾਲੀਆਂ ਝੰਡੀਆਂ ਦਿਖਾਉਂਦੇ ਨੇ ਜਾਂ ਕੁਝ ਕਰਦੇ ਨੇ ਉਹਦੇ ਉੱਤੇ ਜੇ ਇਹਨਾਂ ਦਾ ਮੈਂ ਆਪ ਸੁਣੇ ਇਹਨਾਂ ਦਾ ਇੱਕ ਲੀਡਰ ਕਹਿ ਰਿਹਾ ਹੈ ਅਜੇ ਤੱਕ ਮੈਂ ਤੁਹਾਨੂੰ ਓਜਾਜ਼ ਨਹੀਂ ਦਿੰਦਾ ਉਹਨਾਂ ਨੂੰ ਤਾਂ ਜਿਹੜੇ ਆ ਖੜੇ ਨੇ ਨਾ ਚੰਡੀਆਂ ਆ ਦਿਖਾਉਂਦੇ ਇਹਨਾਂ ਦਾ ਤਾਂ ਤੁਸੀਂ ਸਿਰ ਬਣਾ ਦੋਗੇ ਜਦ ਮੈਂ ਕਹੂੰਗਾ ਜੇ ਮੈਂ ਕਹਾਂ ਪਰ ਮੈਂ ਕਾਇ ਨਹੀਂ ਗਿਆ ਇਹਦਾ ਮਤਲਬ ਤਾਂ ਇਹੀ ਜੀ ਵੀ ਸਿਰ ਬਣਾਵਾਂਗਾ ਜੇ ਤੁਸੀਂ ਵਿਰੋਧ ਨੂੰ ਦੂਰ ਖੜੇ ਵਿਰੋਧ ਨੂੰ ਰੋਕਣਾ ਚਾਹੁੰਦੇ ਹੋ ਫੇਰ ਲੜਾਈ ਹੋਊਗੀ ਹੋਗੀ ਹੁਣ ਤੁਸੀਂ ਕਹਿੰਦੇ ਸਾਨੂੰ ਤਾਂ ਰੈਡੀ ਕਰਨ ਦਾ ਹੱਕ ਹੈ ਪਰ ਤੁਹਾਨੂੰ ਵਿਰੋਧ ਕਰਨ ਦਾ ਹੱਕ ਨਹੀਂ ਇਹ ਤਾਂ ਤੁਸੀਂ ਬਠਿੰਡੇ ਚ ਵੀ ਇਹੀ ਕੁਛ ਕਰੀ ਰੱਖਿਆ ਜੀਵਾ ਹਰਸ਼ਿੰਦਰਪੁਰ ਬਾਦਲ ਮਨਿਸਟਰ ਰਹੇ ਨੇ ਕੇਂਦਰ ਦੇ ਬਠਿੰਡੇ ਦੇ ਵਿੱਚ ਤੇ ਐਮਪੀ ਕਿ ਬਠਿੰਡੇ ਦੇ ਵਿੱਚ 144 ਲੱਗੀ ਰਹੀ ਹੈ ਆਮ ਲੋਕਾਂ ਨੂੰ ਇੱਕ ਚੰਡੀਗੜ੍ਹ ਚ ਜੇ ਕਾਬੀਦਾਂ ਨੂੰ ਜਮਹੂਰੀਤ ਤੇ ਇੰਨਾ ਹੈਗਾ ਰੈਲੀਆਂ ਜ਼ਰੂਰੀ ਨੇ ਆ ਚੰਡੀਗੜ੍ਹ ਚ 17 ਸੈਕਟਰ 144 ਲੱਗੀ ਹੋਈ ਹੈ ਇਹਦੇ ਤੇ ਲਹਨਤਰ ਨੇ ਫਿਰ ਵੀ 144 ਕਿਉਂ ਲੱਗੀ ਹੈ ਤਰਵਾ ਦੇਣ ਔਰ ਕਿੰਨੀ ਰੈਡੀਆਂ ਲੱਗੀ ਹੋਈ ਹੈ ਲਗਾਤਾਰੀ ਪੰਜ ਚੌੜ ਦੇ ਬੰਦੇ ਨਹੀਂ ਇਕੱਠੇ ਹੋ ਸਕਦੇ ਫੇਸ ਕਰਕੇ ਇੱਕ ਤਾਂ ਇਹ ਇਹਨਾਂ ਨੇ ਮੋਗੇ ਕਰਿਆ ਪਹਿਲਾਂ ਪ੍ਰੋਬੋਕ ਕਰਿਆ ਫਿਰ ਮੋਗੇ ਦੀ ਰੈਡੀ ਚ ਉਹਦਾ ਅਸਰ ਨਿਕਲਿਆ ਜੀ ਕਿ ਫਿਰ ਪੁਲਿਸ ਦੇ ਨਾਲ ਹੋ ਜਾਾ ਫਿਰ ਇਹਨਾਂ ਰੈਡੀਆਂ ਪੋਸਟਪੋਨ ਕਰਨੀਆਂ ਪਈਆਂ ਹੁਣ ਇਹਨਾਂ ਨੇ ਕੀ ਕਰਿਆ ਮੈਨੂੰ ਐਂ ਲੱਗਦਾ ਹੈ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਆਪਦੇ ਪੈਰ ਤੇ ਆਪੇ ਕੋਹਾੜਾ ਮਾਰਦਾ ਹੈ ਬੀਜਪੀ ਚਾਹੁੰਦੀ ਹੈ ਬੀਜਪੀ ਚਾਹੁੰਦੀ ਹੈ ਵੀ ਤੁਸੀਂ ਸਾਨੂੰ ਛੱਡਿਆ ਸੀ ਨਾ ਬੀਜਪੀ ਦੀ ਚਾਲ ਨੂੰ ਸ਼੍ਰੋਮਣੀ ਅਕਾਲੀ ਦਲ ਸਮਝ ਹੀ ਨਹੀਂ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਵਾਸਤੇ ਬੀਜਪੀ ਦੀ ਸਭ ਤੋਂ ਵੱਡੀ ਚਾਲ ਹੈ ਜਿਵੇਂ ਬੀਜਪੀ ਨਵਜੋਤ ਸਿੱਧੂ ਨੂੰ ਕਾਂਗਰਸ ਦੇ ਕਿ ਸਮਝੀਆ ਵੀ ਇਹ ਇਹਨੂੰ ਖਤਮ ਕਰਨਾ ਚਾਹੁੰਦਾ ਕਿਉਂਕਿ ਸਾਡੇ ਸਾਡੇ ਕੋਲੋਂ ਗਿਆ ਹੈ ਇਦਾਂ ਹੀ ਅਕਾਲੀ ਦਲ ਨੂੰ ਬੀਜਪੀ ਵੈ ਮੈਂ ਕਹਾਂਗਾ ਕਮਨਲ ਤੌਰ ਤੇ ਵੀ ਇਹੀ ਉਹਨਾਂ ਦੀ ਸੋਚ ਹੈ ਪਰ ਹੁਣ ਤੱਕ ਕਿਉਂਕਿ ਇੱਕ ਭਾਈਵਾਲ ਇੰਨੀ ਡੇਰ ਦਾ ਜਿਹੜਾ ਬਾਕੀ ਸਭ ਛੱਡ ਗਏ ਸੀ ਉਦੋਂ ਵੀ ਨਾਲ ਖੜਾ ਸੀ ਤੇ ਇੱਕ ਸਟ੍ਰੈਟੈਜਿਕ ਸੂਬਾ ਇਹ ਬੜਾ ਮਹੱਤਵ ਹੈ ਪੰਜਾਬ ਦਾ ਤੇ ਉਹ ਛੱਡ ਗਿਆ ਤੇ ਉਹਨਾਂ ਦੀ ਅੱਖ ਚ ਲੜਕਦਾ ਹੈ ਇਹਨਾਂ ਨੂੰ ਗੱਲ ਮੈਨੂੰ ਲੱਗਦਾ ਵੀ ਸਮਝ ਆ ਤਾਂ ਜਾਣੀ ਚਾਹੀਦੀ ਹੈ ਪਰ ਸ਼ਾਰਟ ਉਹਨਾਂ ਨੇ ਪਹਿਲਾਂ ਕੀ ਕਰਿਆ ਕਿਸਾਨ ਮੋਰਚੇ 'ਚ ਸਭ ਤੋਂ ਪਹਿਲਾਂ ਟ੍ਰਾਇਲ ਉਹਨਾਂ ਨੇ ਕੀ ਕਰਿਆ ਤਿੰਨ ਆਪਾਂ ਸੀਕਵੈਂਸੇ ਕੀਏ ਫਿਰ ਨਾ ਉਹਨਾਂ ਨੇ ਆਪਦੇ ਬਦਮਾਸ਼ ਭੇਜ ਕੇ ਪੁਲਸੀ ਪ੍ਰੋਟੈਕਸ਼ਨ 'ਚ ਹਮਲੇ ਕਰਵਾਏ ਉਹ ਜੋ ਅਸਫਲ ਹੋਏ ਫਿਰ ਦੂਜਾ ਹੇਡਾ ਉਹਨਾਂ ਨੇ ਕਰਿਆ ਕਿ ਦਲਤਾਂ ਨੂੰ ਕਿ ਅਸੀਂ ਤਾਂ ਜੀ ਆਨਰ ਕਰਨ ਜਾਂਦੇ ਆ ਆਪਣੇ ਇੱਕ ਲੀਡਰ ਨੂੰ ਢੋਲਤ ਮੱਕੇ ਕਰਦੇ ਉਥੋਂ ਦੀ ਨੰਗਾਏ ਉਸੇ ਰਸਤੇ ਤੋਂ ਫਿਰ ਉਹਨਾਂ ਨੂੰ ਪਿੱਛੇ ਹਟਣਾ ਪਿਆ ਵੀ ਦਲਤਾਂ ਨਾਲ ਦੀ ਲੜਾਈ ਨਹੀਂ ਹੋ ਪਾਈ ਹੁਣ ਉਹਨਾਂ ਨੇ ਕੋਸ਼ਿਸ਼ ਕਰਿਆ ਕਿ ਕਾਬਲੀ ਦਲ ਦੇ ਉਥੋਂ ਦੀ ਕਾਬਲ ਨੂੰ ਉਥੋਂ ਦੀ ਜਾਨ ਦੀ ਕੀ ਲੋਟ ਸੀ ਵਿਰੋਧ ਕਰਨਾ ਹੈ ਰਸਤੇ ਤੋਂ ਹੁਰਮ ਥੇਲੇ ਨੇ ਜੇ ਰਸਤਾ ਜੇ ਸਰਕਾਰ ਬੰਦ ਕਰ ਦਿੰਦੀ ਹੈ ਉਦੋਂ ਲੋਕ ਜਾਂਦੇ ਨਹੀਂ ਆ ਪਟਿਆਲੇ ਇੱਕ ਦਿਨ ਅਸੀਂ ਆ ਰਹੇ ਸੀ ਆ ਯੂਨੀਵਰਸਿਟੀ ਦੇ ਪਾਸੇ ਰਸਤਾ ਬੰਦ ਕਰਿਆ ਨਾਲ ਕਿਸੇ ਨੂੰ ਦੱਸਿਆ ਹੋਈ ਨਹੀਂ ਉੱਧੇ ਕਿੱਧਰ ਦੇ ਹਿਊਮਨ ਰਾਈਟ ਜਿਹੜੇ ਨੇ ਅਮੈਂ ਅਸੀਂ ਆ ਰੇ ਸੀ ਗੱਡੀ 'ਚ ਮੇਰੀ ਵਾਈਫ ਦਾ ਨਾ ਗੋਡਾ ਬਦਲੇ ਸੀ ਉਹਦਾ ਸਮਾਨ ਸਾਰਾ ਡਾਕੂਮੈਂਟ ਚਾਅ ਟੀਅਰ ਹੋ ਗਿਆ ਉਦੋਂ ਜਿਵੇਂ ਅੰਜੇ ਚ ਪਈ ਆ ਕਿਉਂਕਿ ਦੱਸਿਓ ਨਹੀਂ ਕਿਸੇ ਨੇ ਵੀ ਭਾਈ ਇਹ ਤੋਂ ਅਗੋ ਰਸਤਾ ਬੰਦ ਨਹੀਂ ਤਾਂ ਅਸੀਂ ਦੂਜੇ ਰਸਤੇ ਆ ਜਾਂਦੇ ਪਿੰਨਾਂ ਜਾਣਾ ਪਿਆ ਸੋ ਇਹ ਜਿਹੜਾ ਇਹਨਾਂ ਦਾ ਉੱਥੋਂ ਦੀ ਲੰਘਣਾ ਸੀ ਸੰਯੁਕਤ ਕਿਸਾਨ ਮੋਰਚੇ ਦੇ ਵਿਚੋਂ ਦੀ ਇਹ ਸਿੱਧਾ ਪੰਗਾ ਲੈਣ ਦੀ ਗੱਲ ਸੀ ਇਹ ਮੈਂ ਸਪਸ਼ਟ ਕਰਨ ਨੂੰ ਤਿਆਰ ਹਾਂ ਜਿਹੜਾ ਵੀ ਭਾਜਪਾ ਨੇ ਤਾਂ ਰੱਖ ਲਿਆ ਅੰਬਾਨੀਆਂ ਡਾਨੀਆਂ ਦੇ ਹੱਕ 'ਚ ਨਾਰੇ ਲਾ ਕੇ ਦੇਖਦੇ ਖਾਲਸਤਾਨੀ ਕਹਿ ਕੇ ਦੇਖਦੇ ਉਹ ਉੱ ਉਹ ਦਲਦਲ ਵਾਲੇ ਕਾਰਡ ਚ ਵਿਹਾਰੀ ਉੱਥੇ ਤਾਂ ਸੰਜੁਗਤ ਮੋਰਚੇ ਦੇ ਉੱਤੇ ਪਰ ਇਹ ਜਿਹੜਾ ਕਾਰਡ ਹੈ ਉਹ ਚ ਕੁਛ ਹੱਦ ਤੱਕ ਸਫਲ ਹੋਈ ਹੈ ਕਿ ਇਹਨਾਂ ਨੂੰ ਇਹ ਸਮਝੇ ਇਹ ਵੀ ਇਹ ਦਾ ਨੁਕਸਾਨ ਤਾਂ ਕਦੀ ਨਹੀਂ ਕਦੀ ਦਰ ਨਹੀਂ ਹੋਣਾ ਜੇਕਰ ਅੱਜ ਇੰਟਰਨੈਸ਼ਨਲ ਲੈਵਲ ਤੱਕ ਇਸ ਮੋਰਚੇ ਨੇ ਪ੍ਰਸਿੱਧੀ ਪ੍ਰਾਪਤ ਕੀਤੀ ਹੈ ਪ੍ਰਸਿੱਧੀ ਐਵੇਂ ਨਹੀਂ ਪ੍ਰਾਪਤ ਕੀਤੀ ਜੋ ਤੁਸੀਂ ਪਹਿਲਾਂ ਕਿਹਾ ਏਕਤਾ ਬਰਾਬਰਤਾ ਭਾਈਚਾਰਾ ਤੋਂ ਜੋ ਕਿ ਕਿੰਨੀਆਂ ਜੱਥੇਬੰਦੀਆਂ ਨੇ ਕਿੰਨੇ ਧਰਮ ਨੇ ਕਿੰਨੀਆਂ ਜਾਤਾਂ ਨੇ ਉੱਥੇ ਜਿੱਥੇ ਕਦੇ ਕੁਝ ਸਟੇਜਾਂ ਦੇ ਉੱਤੇ ਬੋਲੇ ਸੋਨੇ ਹਾਲ ਦਾ ਨਾਰਾ ਜਾਂ ਓਮ ਜੈ ਜਗਦੀਸ਼ ਨਹੀਂ ਬੋਲਿਆ ਜਾਂਦਾ ਸੀ ਉੱਥੇ ਉਹ ਬੋਲਿਆ ਜਾ ਰਿਹਾ ਜਿੰਨਾ ਸਟੇਜਾਂ ਦੇ ਉੱਤੇ ਕਦੇ ਇਨਕਲਾਬ ਜਿੰਦਾਬਾਦ ਨਹੀਂ ਬੋਲਿਆ ਜਾਂਦਾ ਸੀ ਉਹਨਾਂ 'ਚ ਉਹ ਵੀ ਬੋਲਿਆ ਜਾ ਰਿਹਾ ਸੋ ਤੁਸੀਂ ਦੇਖੋ ਔਰਤਾਂ ਜਿੱਥੇ ਕਦੇ ਇੰਨੀਆਂ ਸਮਾਜਿਕ ਇਕੱਠਾਂ ਤਾਂ ਹੁੰਦੀਆਂ ਸੀ ਸਿਆਸੀ ਇਕੱਠਾਂ ਚ ਔਰਤਾਂ ਨਹੀਂ ਹੁੰਦੀਆਂ ਸੀ ਉੱਥੇ ਦੇਖ ਲਓ ਤੁਸੀਂ ਕਿੰਨੀਆਂ ਔਰਤਾਂ ਨੇ ਸੋ ਜਿੱਥੇ ਨੌਜਵਾਨ ਕਿੰਨੇ ਨੇ ਸੋ ਜਿਹੜਾ ਸਾਡੇ ਪੰਜਾਬ ਦੇ ਅਰਥਚਾਰੇ ਨਾਲ ਜੁੜਿਆ ਹੋਇਆ ਹੈ ਜਿਹਨੇ ਪੰਜਾਬ ਦੀ ਪੱਗ ਮੁੜ ਕੇ ਸਿਰ ਤੇ ਰੱਖੀ ਹੈ ਪੰਜਾਬ ਦੇ ਉਹ ਪਹਿਲਾਂ ਤਾਂ ਉਹਨਾਂ ਨੇ ਆਪਦੇ ਏਜੰਟਾਂ ਦੇ ਰਾਹੀਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ 26 ਜਨਵਰੀ ਨੂੰ ਜਿਹਦਾ ਸਭ ਦੇ ਸਾਹਮਣੇ ਆ ਗਿਆ ਕਿ ਉਹ ਏਜੰਟ ਨੇ ਕਹਿਤਾ ਮੈਂ ਤਾਂ ਪੁਲਿਸ ਦੀ ਮਦਦ ਕਰਨ ਗਿਆ ਸੀ ਜਿਹੜਾ ਢਾਲ ਕਿਲੇ ਆਪੀ ਖਾਦੀ ਛੜਤਾ ਉਹਨੂੰ ਫੜਿਆ ਵੀ ਨਹੀਂ ਬਾਅਦ 'ਚ ਫੜਿਆ ਨਕਨੁਮੋਸ਼ੀ ਵਾਸਤੇ ਫਿਰ ਜਮਾਨਤ ਇਹ ਵੋ ਸੋ ਇਸ ਕਰਕੇ ਸਾਨੂੰ ਇਹ ਸਮਝ ਲੈਣਾ ਚਾਹੀਦਾ ਅਕਾਲੀ ਦਲ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਕਾਲੀ ਦਲ ਜਿੱਥੇ ਉਹਨੂੰ ਵੱਧ ਅਧਿਕਾਰਾਂ ਦੀ ਲੜਾਈ ਲੜਨ ਦੀ ਲੋੜ ਹੈ ਹੁਣ ਜੇ ਉਹਦੀ ਸਰਕਾਰ ਆ ਵੀ ਜਾਂਦੀ ਮੰਨ ਲਓ ਵੈਸੇ ਤਾਂ ਹੋਣੀ ਨਹੀਂ ਹੁਣ ਕਿਉਂਕਿ ਜਿੱਦਾਂ ਦਾ ਹਾਲ ਕਿਸਾਨੀ ਦੀ ਉਹਨਾਂ ਨੂੰ ਵੋਟ ਮਿਲ ਨਹੀਂ ਆ ਉਹ ਦੇਣ ਹੀ ਨਹੀਂ ਬੀਜੇਪੀ ਐਸੇ ਟਾਕਦਾ ਵੀ ਕਿਸਾਨੀ ਦੀ ਵੋਟ ਅਕਾਲੀ ਦਲ ਨੂੰ ਮਿਲੇ ਨਾ ਤੇ ਬੀਜੇਪੀ ਹਿੰਦੂ ਵੋਟ ਦੇ ਸਾਰੇ ਜਿੱਤੇ ਅਸਲ 'ਚ ਬੀਜੇਪੀ ਦੀ ਇਹ ਨਹੀਂ ਹੈ ਅਸੀਂ ਹਿੰਦੂ ਦਲ ਤੇ ਰੜਾ ਕੇ ਪਾਰ ਕੇ ਹੜਕੇ ਹਿੰਦੂ ਵੋਟਾਂ ਨੂੰ ਮੈਂ ਨਹੀਂ ਨਹੀਂ ਦਲਤ ਵੋਟ ਵੀ ਨਹੀਂ ਮੈਂ ਨਹੀਂ ਉਹਨਾਂ ਨੂੰ ਪਰ ਉਹਨਾਂ ਦਾ ਇੱਕ ਖਾਮ ਖਿਆਲੀ ਹੈ ਕਿ ਉਹ ਜਿਹੜੀ ਕਿਉਂਕਿ ਸਿੱਖ ਵੋਟ 58% ਹੈ ਉਹਨੂੰ ਪਾਰਨਾ ਚਾਹੁੰਦੇ ਨੇ ਜਿਆਦਾ ਅਕਾਲੀ ਦਲ ਨਾਲੋਂ ਅਕਾਲੀ ਦਲ ਨਾਲੋਂ ਉਹਦੀ ਬਹੁਤ ਗਿਣਤੀ ਹੈ ਉਹ ਅਕਾਲੀ ਦਲ ਨਾਲੋਂ ਅਕਾਲੀ ਦਲ ਨੇ 25.5% ਵੋਟ ਲਈ ਹੈ ਜਿਹੇ ਪਿੱਛੇ ਤਾਂ ਉਹਦੇ ਵਿੱਚ ਬਹੁਤੀ ਵੋਟ ਸਿੱਖ ਕਿਸਾਨੀ ਦੀ ਹੈ ਸੋ ਇਸ ਕਰਕੇ ਉਹ ਉਸ ਵੋਟ ਨੂੰ ਤੋੜ ਕੇ ਉਹ ਚਾਹੁੰਦੇ ਨੇ ਵੀ ਇਹ ਵੋਟ ਟੁੱਟੇ ਨਾਲੋਂ ਤੇ ਇੰਨਾ ਦਾ ਹੋਰ ਬੁਰਾਲ ਹੋਵੇ ਮੂਦੇ ਮੂਡੇ ਨਾ ਫੇਰ ਸਾਡੇ ਅਕੇ ਤੈ ਨਹੀਂ ਹੱਥ ਲਾਉਣ ਵੀ ਜਨਾਬ ਸਾਨੂੰ ਰਲਾੜੋ ਨਾਲ ਐਸ ਪਾਸੇ ਉਹ ਤੋਰਨਾ ਚਾਹੁੰਦੇ ਨੇ ਮੈਨੂੰ ਜੋ ਪਤਾ ਲੱਗਿਆ ਜਿਵੇਂ ਤੁਸੀਂ ਕਹਿਆ ਨਾ ਪ੍ਰੈਸ ਕਾਨਫਰੈਂਸਾਂ ਮੈਨੂੰ ਇਹ ਪਤਾ ਲੱਗਿਆ ਜੋ ਮੇਰੀ ਸੂਚਨਾ ਹੈ ਕਿ ਸੁਖਵੀਰ ਬਾਦਲ ਜੀ ਨੇ ਕੋਸ਼ਿਸ਼ ਕੀਤੀ ਸੀ ਕਿ ਆਪਾਂ ਇਹ ਨਾ ਕਰੀਏ ਜੇ ਕੋਈ ਆਪਣਾ ਮਤ ਭੇਜ ਜਿੰਨੇ ਵੀ ਵੀਡੀਓ ਹੈ ਜੋ ਵੀ ਹੈ ਆਪਾਂ ਦੇ ਕੇ ਛੱਡਿਏ ਉਹਨਾਂ ਦੇ ਕੋਲੇ ਕਿਸਾਨੀ ਮੋਰਚੇ ਦੇ ਲੀਡਰਾਂ ਕੋਲੇ ਤੇ ਪਰ ਕੁਝ ਮੈਂਬਰ ਨਹੀਂ ਮੰਨੇ ਤੇ ਉਹਨਾਂ ਨੇ ਆਖਿਆ ਡਾਂ ਖੜਕਾ ਕੇ ਆਬਦੇ ਨੁਕਸਾਨ ਕਰ ਰਹੇ ਨੇ ਆਬਦੇ ਤੈਰ ਤੇ ਕੋ ਹੜਾ ਮਾਰ ਰਹੇ ਨੇ ਬਹੁਤ ਵੱਡਾ ਨੁਕਸਾਨ ਕਰ ਰਹੇ ਨੇ ਔਰ ਕੱਡਾ ਆਬਦਾ ਹੀ ਨਹੀਂ ਪੰਜਾਬ ਦਾ ਨੁਕਸਾਨ ਕਰ ਰਹੇ ਨੇ ਕਿਉਂਕਿ ਇਹ ਮੋਰਚਾ ਪੰਜਾਬ ਦੀ ਇੱਜ਼ਤ ਹੈ ਜਿਹੜਾ ਅੱਜ ਮੋਰਚੇ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਦਾ ਹੈ ਚਾਹੇ ਉਹ ਕਿਸੇ ਵੀ ਹਿੱਤ ਜੋ ਕਰਦਾ ਹੈ ਉਹ ਮੋਰਚੇ ਨੂੰ ਢਾਹ ਲਾਉਣ ਦੀ ਹਿੱਤ ਜਿਹੜੀ ਕੋਸ਼ਿਸ਼ ਹੈ ਉਹ ਪੰਜਾਬ ਦੇ ਉੱਤੇ ਹਮਲਾ ਹੈ ਤੇ ਜੀਟੀਏ ਪੰਜਾਬ ਤੇ ਹਮਲਾ ਕਰਕੇ ਰਾਜ ਕਰਨਾ ਚਾਹੁੰਦੇ ਨੇ ਪੰਜਾਬ ਚ ਫਿਰ ਤਾਂ ਇਹਨਾਂ ਨੂੰ ਮੁਬਾਰਕ ਇਹ ਸੋਚ ਲੈਣ ਕਿਵੇਂ ਕਰਨਾ ਜੇ ਸੋਚਦੇ ਵੀ ਨਹੀਂ ਅਸੀਂ ਪੰਜਾਬ ਦੇ ਨਾਲ ਖੜੇ ਆ ਜਿਵੇਂ ਕਿ ਸਾਰੇ ਗੁਰੂਆਂ ਪੰਜਾਬ ਦਾ ਵਸਦੇ ਗੁਰੂਆਂ ਦੇ ਨਾਂ ਤੇ ਆ ਪੰਜਾਬ ਦੇ ਵਾਸਤੇ ਇੰਨੀ ਸਿੱਖਾਂ ਨੇ ਕੁਰਬਾਨੀ ਕਰੀ ਆ ਜੇ ਉਹ ਕੁਰਬਾਨੀ ਨੂੰ ਇਹ ਇਦਾਂ ਹੀ ਨਹੀਂ ਜਾਈ ਨਹੀਂ ਜਾਣ ਦੇਣਾ ਚਾਹੁੰਦੇ ਉਹਦਾ ਮੁੱਲ ਪਾਉਣਾ ਚਾਹੁੰਦੇ ਨੇ ਤਾਂ ਫਿਰ ਅੱਜ ਇਹਨਾਂ ਨੂੰ ਮੋਰਚੇ ਦੇ ਨਾਲ ਖੜਾ ਹੋਣਾ ਚਾਹੀਦਾ ਜਿੰਨਾ ਚਿਰ ਮੋਰਚੇ ਨਾਲ ਇਹਨਾਂ ਦਾ ਕੋਈ ਤਾਇ ਨਹੀਂ ਹੁੰਦਾ ਵੀ ਹਾਂ ਭਾਈ ਤੁਸੀਂ ਇੰਨੀ ਦੂਰੀ ਤੇ ਰਹਿਂਦੀਆਂ ਕਰ ਲਿਆ ਕਰੋ ਇੰਨਾ ਤੁਸੀਂ ਅਸੀਂ ਪ੍ਰੋਟੈਸਟ ਕਰਾਂਗੇ ਤੁਸੀਂ ਸਾਨੂੰ ਨਹੀਂ ਰੋਕਣਾ ਅਸੀਂ ਤੁਹਾਨੂੰ ਨਹੀਂ ਰੋਕਦੇ ਕੋਈ ਨਾ ਕੋਈ ਬੈਠ ਕੇ ਜਿੰਨਾ ਚਿਰ ਤਏ ਨਹੀਂ ਹੁੰਦਾ ਕੋਈ ਦੋਨਾਂ ਧਿਰਾਂ ਨੂੰ ਬੈਠਣਾ ਚਾਹੀਦਾ ਹੈ ਦੋਨਾਂ ਧਿਰਾਂ ਨੂੰ ਸੋਚਣਾ ਚਾਹੀਦਾ ਪਰ ਕਾਦੀ ਦਲ ਦੀ ਜ਼ਿਆਦਾ ਲੋੜ ਹੈ ਕਿ ਉਹ ਮੋਰਚੇ ਦੇ ਕੋਲ ਜਾ ਕੇ ਉਹਨਾਂ ਦੇ ਲੀਡਰਾਂ ਨਾਲ ਮਿਲ ਕੇ ਕੋਈ ਨਾ ਕੋਈ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰੇ ਜੀ ਜੀ ਧੰਨਵਾਦ ਡਾਕਟਰ ਸਾਹਿਬ ਦੀ ਅਹਿਮ ਜਾਣਕਾਰੀ ਸਾਂਝੀ ਕੀਤੀ ਤੇ ਜੋ ਮਸਲਾ ਮਸਲਾ ਦੀ ਮਹਿਬੂਬ ਮੁਫਤੀ ਬੜਾ ਤੁਸੀਂ ਬੜੇ ਕੁਲ ਕੇ ਵਿਚਾਰ ਚਰਚਾ ਕੀਤਾ ਤੁਹਾਡਾ ਧੰਨਵਾਦ ਜੀ ਸ਼ੁਕਰੀਆ ਅਰਸ਼ ਕੋ ਸਾਡੇ ਨਾਲ ਬਣੇ ਹੋਏ ਸੀ ਡਾਕਟਰ ਪਿਆਰੇ ਲਾਲ ਗਾਰਗ ਬੜੇ ਬੇਵਾਦ ਤਰੀਕੇ ਨਾਲ ਜੋ ਦੇਸ਼ ਦੀ ਸਿਆਸਤ ਹੈ ਪੰਜਾਬ ਦੀ ਸਿਆਸਤ ਹੈ ਇਸ ਤੇ ਵਿਚਾਰ ਚਰਚਾ ਕੀਤੀ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਤੁਸੀਂ ਕਮੈਂਟ ਬਾਕਸ ਦੇ ਰੂਪ ਵਿੱਚ ਕਮੈਂਟ ਕਰਕੇ ਆਪਣਾ ਸਹਿਯੋਗ ਛੱਡ ਸਕਦੇ ਹੋ ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕਰਾਣਾ ਚੈਨਲ ਪੰਜਾਬੀ ਤੇ ਧੰਨਵਾਦ